गुर की चरणी लाग हर जप नाम त्याए तू जम डरपै दुख भाग। सुन मन भूले बावरे गुर की चरणी लाग हर जप नाम त्याए तू जम डरपै दुख भाग। दुख कुणो दोहागणी क्यों थिर रहै सुहाग। भाई रे अवर नाही मैं थाओ मैं तन नाम निदान है गुरदिया बल जाओ रहाओ। गुरमत पत साबास तिस तिस कै संग मिलाओ। तिस बिन घड़ी ना जीवऊ बिन नावै मर जाओ। मैं अंदले नाम ना विसरै टेक टिकी कर जाओ। तिस बिन घड़ी ना जीवऊ बिन नावै मर जाओ। मैं अंदले नाम ना विसरै टेक टिकी कर जाओ। वाहेगुरु जी का खालसा वाहेगुरु जी की फतेह। परम सत्कार योग गुरु रूप गुरु प्यारी गुरु सवारी सतगुरु जी दी साजी नवाजी सत्कार योग साध संगत जी आप जी वडभागे हो जो दीन दुनिया के मालक गुर तख्त दी ते विराजमान चवर छत्र तख्त दे मालक राजान राज पहनान पहान देवान देव करोड़ा ही ब्रह्मंडा दे मालक सतगुरु साहिब श्री गुरु ग्रंथ साहिब जी महाराज जी दी पावन पवित्र हजूरी अंदर सुभायमान होके गुरु दरबार दे अंदर सत्संगत दियां अनमोलक कड़ियां दा लाभ उठा रहे हो। सतगुरु जी दी पावन बाणी तुरकी बाणी सुखदायक बाणी दुख नाशक बाणी दी जो पावन बाणी दे विचार हन गुरु शब्द की कथा है उसका समा इस वक्त है। अज का जो पवित्र शब्द आपने सुनिया है ये पवित्र शब्द गुरु ग्रंथ साहिब जी दे 57 अंग तो आरंभ होकर 58 अंग तक जाएगा। लड़ीवार कथा गुरु ग्रंथ साहिब जी दी महाराज जी दे पावन स्थानां ते आरंभ हुई है। गुरु साहिब ने आप बख्शिश करके लगभग 57 अंगां तक एक कथा दी सेवा ले ली है। श्री गुरु नानक देव महाराज जी दियां अष्टपदियां चल रही ने। अष्टपदी का भाव हुंदा अठ पदे जिस दे होण। ये भी अष्टपदी है। आओ इस पावन शब्द विच सतगुरु जी की समझाते हैं हाजरी लवाते हुए आखो सतनाम श्री वाहे गुरु साहिब जी श्री राग महला पहला। ये राग का नाम है श्री महला पहला जानी पहले पातशाह सतगुरु श्री गुरु नानक देव जी महाराज उन्हां दी रसना तो यह पावन बाणी उच्चारण हुई है। जिस गुरु पातशाह निरंकार परमेश्वर वाहिगुरु सरगुण रूप विच जिस गुरु पातशाह दे हिरदे विच बैठ के अपना पावन उपदेश दिंदे सन उस पातशाह दे नाम दे अगे
ਮਹੱਲਾ ਸ਼ਬਦ ਲਾ ਕੇ ਅਤੇ ਪਿੱਛੇ ਅੰਕ ਲਿਖਿਆ ਹੁੰਦਾ ਹੈ ਬਾਣੀ ਵਿੱਚ ਕਿ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ। ਇਹ ਤੋਂ ਭਾਵ ਇਹ ਹੈ ਮਹੱਲਾ ਪਹਿਲਾ ਜਾਣੀ ਪਹਿਲੇ ਪਾਤਸ਼ਾਹ ਦੀ ਬਾਣੀ, ਮਹੱਲਾ ਦੂਜਾ ਤੋਂ ਭਾਵ ਦੂਸਰੇ ਪਾਤਸ਼ਾਹ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਾਣੀ, ਉਹਨਾਂ ਦੇ ਸਲੋਕ। ਮਹੱਲਾ ਤੀਜਾ ਤੋਂ ਭਾਵ ਹੈ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਜੀ ਦੀ, ਇਸੇ ਤਰ੍ਹਾਂ ਹੀ ਚੌਥਾ ਪੰਜਵਾਂ। ਪੰਜ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਮੰਨੀ ਜਾਂਦੀ ਹੈ। ਕੁਝ ਇੱਕ ਪੁਰਾਤਨ ਵਿਦਵਾਨ ਜਿਨ੍ਹਾਂ ਵਿੱਚੋਂ ਕਵੀ ਸੰਤੋਖ, ਇੱਕ ਸਲੋਕ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਬਾਣੀ 'ਚ ਮੰਨਿਆ, ਜਿਹਦੇ ਵਿੱਚ ਬਲ ਹੋਆ ਬੰਧਨ ਛੁੱਟੇ ਸਭ ਕਿਛੁ ਹੋਤ ਉਪਾਏ, ਕਹੁ ਨਾਨਕ ਸਭ ਕਿਛੁ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ ਵਾਲੇ ਸਲੋਕ ਨੂੰ ਨੌਵੇਂ ਪਾਤਸ਼ਾਹ ਦੇ ਸਲੋਕਾਂ ਵਿੱਚੋਂ ਦਸਵੇਂ ਪਾਤਸ਼ਾਹ ਜੀ ਦਾ ਪਿੱਠੀ ਦੇ ਰੂਪ ਵਿੱਚ ਉੱਤਰ ਮੰਨਿਆ ਜਾਂਦਾ ਹੈ। ਔਰ ਉਹਦੇ ਅੱਗੇ ਕਈ ਥਾਈਂ ਪਾਤਸ਼ਾਹੀ ਦਸਵੀਂ ਵੀ ਲਿਖਿਆ ਮਿਲਦਾ, ਕਈ ਥਾਈਂ ਮਹੱਲਾ ਦਸਵਾਂ ਵੀ ਲਿਖਿਆ ਮਿਲਦਾ, ਕਈ ਪੁਰਾਤਨ ਸਰੂਪਾਂ 'ਚ ਆਉਂਦਾ। ਪਰ ਇਸ ਗੱਲ ਦਾ ਕੋਈ ਬਹੁਤਾ ਵੱਡਾ ਕਹਿ ਲਓ ਕਿ ਝਗੜਾ ਨਹੀਂ ਹੈ। ਇਹ ਸਾਰੀ ਬਾਣੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸਿਰਲੇਖ ਹੇਠ ਹੀ ਹੈ ਅਤੇ ਨੌਵੇਂ ਪਾਤਸ਼ਾਹ ਦੀ ਹੀ ਮੰਨੀ ਜਾਂਦੀ ਹੈ, ਜੋ ਖਾਲਸਾ ਪੰਥ ਦੀ ਸਭ ਤੋਂ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜੋ ਪਾਵਨ ਸਰੂਪ ਛਾਪੇ ਜਾਂਦੇ ਹਨ ਉਹਦੇ ਵਿੱਚ ਪਾਤਸ਼ਾਹੀ ਨੌਵੀਂ ਜਾਂ ਮਹੱਲਾ ਨਾਵਾਂ ਹੀ ਦਸਮ ਪਾਤਸ਼ਾਹ ਜੀ ਦੀ ਬਾਣੀ ਨਹੀਂ ਉੱਥੇ ਮੰਨੀ ਜਾਂਦੀ। ਵਿਚਾਰ ਪੰਜ ਗੁਰੂ ਸਾਹਿਬਾਨ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇਹ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਸ਼੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਕੀ ਸਮਝਾ ਰਹੇ, ਸੁਣ ਮਨ ਭੂਲੇ ਬਾਵਰੇ, ਸੁਣ ਮਨ ਭੂਲੇ। ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰ ਰਹੇ ਆਪਣੇ ਨੂੰ, ਖੇਡ ਤਾਂ ਸਾਰੀ ਮਨ ਦੀ ਹੋਵੇ ਸਾਧ ਸੰਗਤ। ਜਿਸ ਦਿਨ ਕਿਸੇ ਇਨਸਾਨ ਦਾ ਮਨ ਮੰਨ ਜਾਏ, ਅੱਛੇ ਪਾਸੇ ਚੰਗੇ ਪਾਸੇ ਲੱਗ ਜਾਏ, ਉਸ ਦਿਨ ਉਹ ਚੰਗਾ ਹੋ ਜਾਂਦਾ। ਜਦੋਂ ਕਿਸੇ ਇਨਸਾਨ ਦਾ ਮਨ ਬੁਰਾਈ ਨੂੰ ਲੋਚੇ ਅਤੇ ਫਿਰ ਉਹਦੇ ਅੰਦਰ ਬੁਰਾਈ ਦੇ ਸੰਸਕਾਰ ਪਏ ਹੁੰਦੇ, ਫਿਰ ਉਹ ਬੁਰੇ ਕਰਮ ਕਰਨ ਲੱਗ ਜਾਂਦਾ ਬੰਦਾ। ਖੇਡ ਤਾਂ ਸਾਰੀ ਮਨ ਦੀ ਹੈ। ਇਸ ਕਰਕੇ ਮਹਾਰਾਜ ਨੇ ਸਮਝਾਇਆ ਕਿ ਭਾਈ ਮਨ ਨੂੰ ਸਮਝਾਈਏ, ਮਨ ਸਮਝ ਜਾਏ ਸਰੀਰ ਵੀ ਸਮਝ ਜਾਂਦਾ, ਇੰਦਰੀ ਵੀ ਸਮਝ ਜਾਂਦੇ ਹਨ, ਅਤੇ ਮਨ ਜਿੰਨਾ ਸਮਾਂ ਨਾ ਸਮਝੇ ਫਿਰ ਲੁਕ ਲੁਕ ਕੇ ਚੋਰੀ ਛਿੱਪੇ, ਲੋਕਾਂ ਨੂੰ ਇਹ ਸੋਚ ਕੇ ਵੀ ਲੋਕਾਂ ਨੂੰ ਕਿਹੜਾ ਪਤਾ ਲੱਗਦਾ, ਰਾਤ ਬਰਾਤੇ ਵੇਲੇ ਕੋ ਵੇਲੇ ਫਿਰ ਬੁਰਾਈਆਂ ਕਰਦਾ। ਜਦੋਂ ਪੰਜਾਂ ਦੇ ਵੱਸ ਹੋਵੇ ਮਨ ਫਿਰ ਪਾਪ ਕਰਦਾ, ਪਾਪ ਕਰੇ ਪੰਜਾਂ ਕੇ ਵਸਰੇ, ਪੰਜਾਂ ਦੇ ਵੱਸ ਪੈ ਕੇ ਫਿਰ ਪਾਪ ਕਰਦਾ। ਤਦੇ ਮਹਾਰਾਜ ਨੇ ਜੜ ਨੂੰ ਫੜਿਆ, ਜਿਵੇਂ ਕੋਈ ਸਿਆਣਾ ਵੈਦ ਹੁੰਦਾ ਹੈ ਨਾ, ਉਹ ਸੋਚਦਾ ਇਹ ਬਿਮਾਰੀ ਹੋਈ ਕਿੱਥੋਂ ਹੈ। ਸਿਆਣਾ ਜਿਹੜਾ ਵੈਦ ਹੁੰਦਾ ਹੈ ਉਹ ਬਿਮਾਰੀ ਦੀ ਜੜ ਫੜਦਾ, ਉਹ ਦੇਖਦਾ ਬਿਮਾਰੀ ਦਾ ਕਾਰਨ ਕੀ ਹੈ, ਇਹਦੀ ਜੜ ਕਿੱਥੇ ਹੈ। ਅਤੇ ਜਿਹੜੇ ਨੀਮ ਹਕੀਮ ਹੁੰਦੇ ਆ, ਕੱਚੇ ਹੁੰਦੇ ਆ, ਉਹ ਫਿਣਸੀ ਹੋਈ ਹੈ ਅਤੇ ਫਿਣਸੀ ਦੀ ਦਵਾਈ ਦੇ ਦੇਣਗੇ, ਕੋਈ ਟੀਕਾ ਲਾ ਦੇਣਗੇ, ਚਲੋ ਜੀ ਫਿਣਸੀਆਂ ਹਟ ਜਾਣਗੀਆਂ। ਦਰਅਸਲ ਜਦੋਂ ਜੜ ਦੇ ਵਿੱਚ ਰੋਗ ਹੋਏਗਾ ਉਹ ਕਿਸੇ ਹੋਰ ਰੂਪ ਵਿੱਚ ਉੱਭਰ ਆਏਗਾ। ਜਦੋਂ ਵੇਖਿਆ ਜਾਏਗਾ ਫਿਣਸੀ ਕਿਉਂ ਹੁੰਦੀ ਹੈ, ਕਾਹਦਾ ਰੋਗ ਹੈ, ਵਾਏ ਦਾ ਹੈ, ਪਿੱਤ ਦਾ ਹੈ, ਕਫ ਦਾ ਹੈ, ਗਰਮੀ ਵੱਧਦੀ ਹੈ, ਇਹਦੇ ਅੰਦਰ ਕੀ ਪ੍ਰੋਬਲਮ ਹੈ, ਇਹਨੂੰ ਕੀ ਦਿੱਕਤ ਹੈ, ਪਾਣੀ ਘੱਟ ਪੀਂਦਾ ਹੈ, ਇਹਦੀ ਹਾਰਟ ਦੀ ਪ੍ਰੋਬਲਮ ਹੈ, ਇਹਦੀ ਜਿਗਰ ਦੀ ਮੇਦੇ ਦੇ ਵਿੱਚ ਗਰਮੀ ਹੈ, ਕੀ ਕਾਰਨ ਹੈ। ਉਹਦੇ ਲਈ ਫਿਰ ਉਹ ਕਹੇਗਾ ਤੂੰ ਇਉਂ ਕਰ, ਲੀਵਰ 52 ਲੈ ਲਿਆ ਕਰ, ਇੱਕ ਚਮਚ ਇੱਕ ਸ਼ੀਸ਼ੀ ਉਹ ਲੈ ਲਿਆ, ਤੇਰੀਆਂ ਫਿਣਸੀਆਂ ਹਟ ਜਾਣਗੀਆਂ।
या देखेगा इन्फेक्शन है कोई ना कोई, वो कहेगा चंगा वाले गोलियां दे चक्करां च ना पई, आ एक शीशी आउंदी आ आयुर्वैदिक साफी उहदा नाम है, ये लै लै एक शीशी पी लै पर ठीक हो जाएगा, उन्हों कोई गोलियां दी दवाई नहीं लैन देण दी लोड़। देखेगा चमड़ी नाल संबंधित रोग ने दा मतलब पानी घट पीता, धुप नहीं लैंदा, वो फिर कहेगा इउं जिहड़ा सियाणा वैद हुंदा वो उहदी जड़ नूं लभदा भी कारण की है। कई बंदे अखां दी प्रॉब्लम हुंदी है ज़्यादा, वो डॉक्टर कोल जांदे आ, डॉक्टर उहनूं ऐनक ला देणगे डॉक्टर उहनूं, पर जिहड़ा सियाणा डॉक्टर होएगा लभेगा कारण की है, ज़्यादा टीवी देखदा है, ज़्यादा स्क्रीन अगे बहिंदा, ज़्यादा फोन वेखदा है, ये प्रॉब्लम है तेरी, इहदा हल कर, कोई घट कर, इहनूं घटा देंगे थोड़ी जी अखां की प्रैक्टिस कर लेंदे आ कसरत, इउं करिया कर भी उंगल लै जा कर अखां दे सामने, ऐं लै जा कर अगे कर पिछे कर, दिन च एक दिन च 30 वारी करिया कर रोज़, इउं एक महीना करन नाल जिहड़ियां तेरियां अखां की प्रॉब्लम है थोड़ी जी सैट हो जाएगी, थोड़ा पानी दे छिट्टे मारिया कर। इउं जिहड़ा असल वैद हुंदा है वह रोग की जड़ नूं लभदा है। बड़े सारे रोग ने जिन्हां दी मतलब बड़ी मामूली जी उन्हां दा कारण हुंदा है, पर उहदियां बड़ियां सारियां दवाइयां डॉक्टर दे जांदे आ, कंपनियां वाले कहिंदे आ भी इन्नियां दवाइयां विचों इन्ना तुहानूं कमीशन देवांगे, वो कहिंदे कमीशन वक्खरा लवांगे, पहलां इउं करो आ जिहड़े पत्ते ते 5 रुपये लिखिया रेट ते 50 रुपये लिख के लियाओ मेरे वास्ते, फिर दे जांदे आ वंडी जांदे लोकां नूं गोलियां दा प्रसाद। वह ठग होंदे आ, बेईमान होंदे आ, धोखेबाज होंदे आ, इदां ही धर्म की दुनिया विच भी बड़े सारे धोखेबाज बेईमान तुरे फिरते आ, जिन्हां नूं पता ही कख दा नहीं नीम हकीम खतरा ए जान, उन्हां नूं साधना का कोई पता नहीं, सिमरन का कोई पता नहीं, बंदगी का कोई पता नहीं, मन की खेड कोई पता नहीं, विकारां दे हमलियां का कोई पता नहीं, वह फिर भोले भाले लोगों नूं गलत पासे ला के ते लोगां दे जीवन नाल खिलवाड़ करदे हन। तदे सतगुरु गुरु नानक देव महाराज सच्चे पातशाह ने जिवें सियाणा वैद रोग की जड़ जाणदा है, इउं महाराज ने जड़ फड़ ली। जड़ की है? मन दी। मन ही हिंदू है, मन ही मुसलमान है, मन ही क्रिश्चन है, मन ही नास्तिक है, मन ही आस्तिक है। ਜਦੋਂ ਮਨ ਮੰਨ ਗਿਆ ਫਿਰ ਬਾਹਰੀ ਚਿੰਨ੍ਹ ਵੀ ਉੱਦਾਂ ਦੇ ਹੋ ਜਾਂਦੇ ਆ। ਮਨ ਮੰਨ ਗਿਆ ਅਪਗ੍ਰੇਡਾਂ ਨਾਲ ਲੱਗ ਕੇ ਅਨਾਸਤਿਕਾਂ ਨੂੰ ਸੁਣਨ ਲੱਗ ਗਿਆ, ਉਹ ਅੱਛਾ ਅੱਛਾ ਕਿਰਪਾਨ 'ਚ ਕੁਛ ਨਹੀਂ, ਕੇਸਾਂ 'ਚ ਕੁਛ ਨਹੀਂ, ਕੇਸ ਕਤਲ ਕਰਾਤੇ, ਕਿਰਪਾਨ ਲਾਤੀ, ਹੁਣ ਉਹਨਾਂ ਦੀਆਂ ਗੱਲਾਂ ਸੁਣ ਕੇ ਸ਼ਰਾਬ ਪੀ ਲੈਣੀ ਚਾਹੀਦੀ ਹੈ, ਇਹ ਤਾਂ ਕੋਈ ਮਾੜੀ ਚੀਜ਼ ਨਹੀਂ, ਉੱਧਰ ਲੱਗ ਪਿਆ ਬੁਰਾ ਹੋ ਗਿਆ, ਮਨ 'ਤੇ ਅਸਰ ਹੋਇਆ ਨਾ ਸੁਰਤ 'ਤੇ। ਇੱਦਾਂ ਹੀ ਗੁਰਸਿੱਖਾਂ ਦੀ ਸੰਗਤ ਹੋ ਗਈ, ਭਾਈ ਵੀਰ ਸਿੰਘ ਵਰਗੇ ਮਹਾਂਪੁਰਸ਼ ਉਹਨਾਂ ਦੀ ਚੰਗੇ ਭਾਗਾਂ ਨੂੰ ਉਹਨਾਂ ਦੀ ਕੋਈ ਪੁਸਤਕ ਹੱਥ ਲੱਗ ਗਈ, ਉਹਨਾਂ ਦਾ ਗ੍ਰੰਥ ਕੋਈ, ਸੰਤ ਬਿਮਲਾ ਸਿੰਘ ਪੜ੍ਹ ਲਓ ਜੀਵਨ ਵਿੱਚ ਜੇ ਮਨ 'ਚ ਸ਼ੰਕੇ ਉੱਠਦੇ ਰਹਿੰਦੇ, ਅਤੇ ਭਾਈ ਵੀਰ ਸਿੰਘ ਹੋਣਾ ਦਾ ਬਹੁਤ ਪਿਆਰਾ ਗ੍ਰੰਥ ਹੈ ਸੰਤ ਬਿਮਲਾ ਸਿੰਘ, ਜ਼ਰੂਰ ਪੜ੍ਹਿਓ ਜੇ ਮਨ 'ਚ ਸ਼ੰਕੇ ਉੱਠਦੇ। ਗੁਰਮਤ ਸੰਬੰਧੀ ਕਈ ਵਾਰ ਕਿ ਬੰਦਗੀ ਕਿਉਂ ਕਰਦੇ ਹਾਂ ਆਪਾਂ, ਕੀ ਰੱਬ ਬੰਦਗੀ ਦਾ ਭੁੱਖ ਹੈ, ਇੱਦਾਂ ਦੀਆਂ ਗੱਲਾਂ ਉੱਠਦੀਆਂ ਨੇ, ਤਾਂ ਉਹ ਪੜ੍ਹਿਓ। ਰਾਣਾ ਸੂਰਤ ਸਿੰਘ ਪੜ੍ਹ ਲਿਓ, ਬਾਬਾ ਨੌਦ ਸਿੰਘ ਪੜ੍ਹਿਓ, ਸੁੰਦਰੀ ਪੜ੍ਹਾ ਦਿਓ ਨਾਵਲ ਨੇ ਭਾਈ ਵੀਰ ਸਿੰਘ ਦੇ, ਵਿਜੈ ਸਿੰਘ ਪੜ੍ਹਾ ਦਿਓ। ਅਤੇ ਮੈਂ ਦਾਅਵੇ ਨਾਲ ਕਹਿਣਾ ਜਦੋਂ ਇਹ ਹੱਥ ਲੱਗ ਗਈਆਂ ਚੀਜ਼ਾਂ ਤੁਹਾਡੇ, ਅਤੇ ਫਿਰ ਤੁਹਾਡਾ ਮਨ ਆਤਮਿਕ ਤੌਰ 'ਤੇ ਤਕੜਾ ਹੋ ਜਾਏਗਾ ਅਤੇ ਮਨ 'ਚ ਫੁਰਨੇ ਸ਼ੰਕੇ ਨਹੀਂ ਆਉਣਗੇ। ਦੇਖੋ ਇਹ ਇੱਕ ਵਿਦਵਾਨ ਗੁਰਮੁਖ ਗੁਰਮੁਖ ਪਿਆਰੇ ਦੀ ਸੰਗਤ ਦਾ ਅਸਰ ਹੈ। ਜੇ ਕੋਈ ਕੱਚਾ ਪਿੱਲਾ ਵਿਦਵਾਨ ਸਟੇਜਾਂ 'ਤੇ ਚੜ੍ਹ ਜਾਂਦਾ ਅਤੇ ਜਿੱਥੇ ਜੀ ਕਰਦਾ ਜੋ ਮੂੰਹ 'ਚ ਆਉਂਦਾ ਉਹ ਬੋਲੀ ਜਾਂਦਾ, ਮਤਲਬ ਇਤਿਹਾਸਕ ਤੌਰ 'ਤੇ, ਬਾਣੀ ਤੌਰ 'ਤੇ, ਦਾਰਸ਼ਨਿਕ ਤੌਰ 'ਤੇ, ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਕੱਚੀਆਂ ਜਿਹੀਆਂ ਗੱਲਾਂ ਕਰਦਾ, ਤਾਂ ਸਮਝੋ ਉਹਨੇ ਡਾਕਟਰ ਹਰਜਿੰਦਰ ਡਾਕਟਰ ਆਪਣੇ ਸਹਿਜੇ ਰਚਿਓ ਖਾਲਸਾ ਨਹੀਂ ਪੜ੍ਹੀ ਆ, ਸਮਝ ਲਓ ਤੁਸੀਂ। ਹਰਿੰਦਰ ਸਿੰਘ ਮਹਿਬੂਬ, ਇਹ ਤਾਂ
ਦਲਗੀਰ ਦਾ ਨਾਮ ਆ ਗਿਆ ਸੀ, ਵਾਹਿਗੁਰੂ ਬਖਸ਼ੇ ਇਹੋ ਜਿਹੇ ਪਾਪੀ ਬੰਦੇ ਦਾ ਨਾਮ ਜ਼ੁਬਾਨ 'ਤੇ ਵੀ ਨਹੀਂ ਆਉਣਾ ਚਾਹੀਦਾ, ਹਰਜਿੰਦਰ ਸਿੰਘ ਦਲਗੀਰ। ਉਹਨੂੰ ਤਾਂ ਅਕਾਲ ਤਖਤ ਸਾਹਿਬ ਵੱਲੋਂ ਦੀਆਂ ਜਿਹੜੀਆਂ ਕਹਿ ਲਓ ਕਿ ਕਿਤਾਬਾਂ ਨੇ ਉਹਨਾਂ 'ਤੇ ਬੈਨ ਲਾਇਆ, ਇੰਨਾ ਗਲਤ ਲਿਖਦਾ। ਹਰਿੰਦਰ ਸਿੰਘ ਮਹਿਬੂਬ ਸਹਿਜੇ ਰਚਿਓ ਖਾਲਸਾ, ਸਮਝੋ ਕਿ ਉਹਨੇ ਹਜੇ ਮਹਿਬੂਬ ਨੂੰ ਪੜ੍ਹਿਆ ਨਹੀਂ, ਜਿਹੜਾ ਕੱਚੀਆਂ ਪਿੱਲੀਆਂ ਜਿਹੀਆਂ ਗੱਲਾਂ ਕਰਦਾ, ਇਤਿਹਾਸ 'ਤੇ ਸ਼ੰਕੇ ਸ਼ੁੰਕੇ ਉਠਾਉਂਦਾ, ਜਿਹੜਾ ਇੱਧਰੋਂ ਹਜੇ ਵੀ ਇਸੇ ਗੱਲ 'ਚ ਫਸਿਆ ਹੋਇਆ। ਕੱਤਕ ਕੇ ਵਿਸਾਖ ਪੜ੍ਹੋ ਜੀ, ਕਰਮ ਸਿੰਘ ਹਿਸਟੋਰੀਅਨ ਦੀ, ਮਹਾਰਾਜ ਦਾ ਜੀ ਗੁਰੂ ਨਾਨਕ ਦੇਵ ਜੀ ਦਾ ਕੱਤਕ 'ਚ ਨਹੀਂ ਜੀ, ਵਿਸਾਖ 'ਚ ਜਨਮ ਹੋਇਆ। ਇਹ ਗੱਲਾਂ ਜਿਹੜਾ ਕਰਦਾ ਨਾ, ਸਮਝੋ ਉਹ ਕੱਚ ਘਰੜ ਵਿਦਵਾਨ ਨੇ ਹਜੇ ਮਹਿਬੂਬ ਜੀ ਨੂੰ ਪੜ੍ਹਿਆ ਨੇ। ਜਿੱਦਣ ਪੜ੍ਹ ਲਊਗਾ ਉਦੋਂ ਤਸੱਲੀ ਹੋ ਜੂ। ਸਮਝੋ ਹਜੇ ਈਸ਼ਰ ਸਿੰਘ ਨਾਰਾ ਵਰਗੇ ਵਿਦਵਾਨ ਪਹੁੰਚ ਨਹੀਂ ਹੋਈ ਇਹਦੀ, ਹਜੇ ਉਹਨੂੰ ਪਤਾ ਵੀ ਗੁਰੂ ਨਾਨਕ ਦੇ ਵਿੱਚ ਕਿੱਡੇ ਕਿੱਡੇ ਵਿਦਵਾਨ ਪਏ ਆ, ਔਰ ਜਿਨ੍ਹਾਂ ਨੇ ਬਿਲਕੁਲ ਕਲੀਅਰ ਕਰੀਆਂ ਪਈਆਂ ਨੇ ਗੱਲਾਂ। ਅਧਿਆਤਮਿਕ ਤੌਰ 'ਤੇ ਭਾਈ ਵੀਰ ਸਿੰਘ ਨੂੰ ਪੜ੍ਹ ਲਓ, ਬੜਾ ਚੰਗਾ ਰਾਹ ਲੱਭ ਜਾਏਗਾ। ਦਾਰਸ਼ਨਿਕ ਤੌਰ 'ਤੇ, ਇਤਿਹਾਸਿਕ ਤੌਰ 'ਤੇ ਸਰਦਾਰ ਹਰਿੰਦਰ ਸਿੰਘ ਮਹਿਬੂਬ, ਡਾਕਟਰ ਗੰਡਾ ਸਿੰਘ, ਗਿਆਨੀ ਗਿਆਨ ਸਿੰਘ, ਕਵੀ ਸੰਤੋਖ ਸਿੰਘ ਵਰਗੇ ਵਿਦਵਾਨਾਂ ਦੀ ਜਦੋਂ ਤੁਸੀਂ ਸੰਗਤ ਕਰੋਗੇ, ਯਾਨੀ ਪੜ੍ਹੋਗੇ ਉਹਨਾਂ ਨੂੰ, ਇੱਥੇ ਬੜਾ ਚੰਗਾ ਲੱਗਦਾ। ਇਉਂ ਮਨ ਨੂੰ ਜਿਹੋ ਜਿਹੀ ਸੰਗਤ ਦੇ ਦੋਗੇ ਉਹ ਅਜਿਹੀ ਹੋ ਜਾਂਦਾ। ਜਦੋਂ ਆ 2 ਸਾਲ ਕਿਤੇ ਲਾ ਕੇ ਅਤੇ ਆਪਣੇ ਆਪ ਨੂੰ ਪ੍ਰੋਫੈਸਰ ਬਣਨ ਵਾਲਿਆਂ ਦੇ ਕੋਲੋਂ ਤੁਸੀਂ ਪੜ੍ਹੋਗੇ ਵੀ ਇਹ ਵੀ ਪ੍ਰੋਫੈਸਰ ਬਣ ਗਿਆ, ਉਹ ਜਿੱਥੇ ਮੇਰੇ ਕਈ ਪ੍ਰੋਫੈਸਰ ਮੇਰੇ ਮਿੱਤਰ ਹੈ ਜਿਨ੍ਹਾਂ ਡਾਕਟਰੀਏਟ ਕੀਤੀ ਹੈ ਜਾਂ ਕਿਸੇ ਥੀਸਿਸ ਲਿਖੇ ਆ, ਉਹ ਬੰਦਿਆਂ ਨਾਲ ਗੱਲਬਾਤ ਵੀ ਹੁੰਦੀ ਹੈ, ਕੋਈ ਦਿੱਲੀ ਕਰਕੇ ਆਉਂਦਾ, ਕੋਈ ਕਿਤੇ ਕਰਦਾ, ਕੋਈ ਇੱਥੇ ਕਰਦਾ, ਕਿੰਨੀਆਂ ਮਿਹਨਤਾਂ ਕਰਦੇ। ਉਹ ਦੱਸਦੇ ਆ ਜੀ ਬਸ ਕੰਨਾਂ ਵਿੱਚ ਦੀ ਧੂੰਆਂ ਨਿਕਲ ਜਾਂਦਾ ਜਦੋਂ ਮਿਹਨਤ ਕਰਦੇ ਹਾਂ, ਇੰਨੀ ਮਿਹਨਤ ਕਰਨੀ ਪੈਂਦੀ, ਪੜ੍ਹਨਾ ਪੈਂਦਾ, ਪਹਿਲਾਂ MA MPhil ਜਾਂ ਨੈੱਟ ਵਗੈਰਾ ਕਲੀਅਰ ਕਰਕੇ ਫਿਰ PhD ਕਰਨੀ ਪੈਂਦੀ, ਫਿਰ ਥੀਸਿਸ ਬਣਾਉਣਾ ਪੈਂਦਾ, ਫਿਰ ਉਹਦੇ ਉੱਤੇ ਵਿਚਾਰ ਗੋਸ਼ਟੀ ਹੁੰਦੀ, ਫਿਰ ਜਾ ਕੇ ਕਿਤੇ ਡਿਗਰੀ ਮਿਲਦੀ ਸੌਖਾ। ਮੈਂ ਕਿਹਾ ਤੁਸੀਂ ਸਾਡੇ ਵਾਲੇ ਪਾਸੇ ਆ ਜਾਓ, 2 ਸਾਲ ਲਾ ਲਓ ਕਿਸੇ ਟੁੱਟੇ ਜਿਹੇ ਕਾਲਜ 'ਚ, ਉਦੋਂ ਬਾਅਦ ਪ੍ਰੋਫੈਸਰ ਅੱਗੇ ਲਾਈ ਘੁੰਮੀ ਜਾਓ, ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ। +2 ਪੜ੍ਹੇ ਵੀ ਹੋ ਕਿ ਨਹੀਂ ਪੜ੍ਹੇ, ਕਿੰਨੇ ਕੁ ਨੰਬਰ ਸੀ, ਇਹ ਵੀ ਕਿਸੇ ਨੇ ਨਹੀਂ ਪੁੱਛਣਾ, ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਹੋਈ ਜਾਣੀ ਹੈ। ਇੱਕ ਹੋਰ, ਇੱਕ ਲੱਲਾ ਘੱਗਾ ਭੱਬਾ ਜਾਂ ਇੱਕ ਇੰਦਰ ਸਿੰਘ ਘੱਗਾ ਤੁਰਿਆ ਫਿਰਦਾ, ਉਹ ਜੀ ਉਹ ਵੀ ਲਿਖਦਾ ਪ੍ਰੋਫੈਸਰ ਇੰਦਰ ਸਿੰਘ ਘੱਗਾ। ਮੈਂ ਕਿਹਾ ਪਤਾ ਤਾਂ ਕਰੀਏ ਕਿੰਨਾ ਕੁ ਪੜ੍ਹਿਆ, ਉਹ 3 ਪੜ੍ਹਿਆ ਜੀ। ਉਹ ਆਪਣੇ ਮੂੰਹੋਂ ਹੀ ਦੱਸਦਾ, ਪੁੱਛਿਆ ਉਹ ਤੂੰ ਪ੍ਰੋਫੈਸਰ ਕਿਵੇਂ ਲਿਖਾਉਣਾ, ਉਹ ਕਹਿੰਦਾ ਇੱਕ ਸਾਡੇ ਸਿੰਘ ਸਾਹਿਬ ਹੋਏ ਆ ਕੇਸਗੜ੍ਹ ਸਾਹਿਬ ਦੇ ਪ੍ਰੋਫੈਸਰ ਮਨਜੀਤ ਸਿੰਘ, ਕਈ ਵਾਰੀ ਮੈਂ ਮਿਲਿਆ ਉਹਨਾਂ ਨੂੰ, ਮੇਰੀ ਸਿੱਧੀ ਜਾਣ ਪਹਿਚਾਣ ਵੀ ਹੈ, ਚੰਗੇ ਇਨਸਾਨ ਹੈ, ਜਿੰਨਾ ਕੁ ਮੈਂ ਉਹਨਾਂ ਨਾਲ ਵਿਚਰਿਆ ਮੈਨੂੰ ਮਤਲਬ ਠੀਕ ਲੱਗੇ, ਬਾਕੀ ਦੀਆਂ ਕਈ ਗੱਲਾਂ ਜਿਹਦੇ ਨਾਲ ਜੋ ਹੋਈਆਂ ਹੋਣ ਉਹ ਜਾਣਨ। ਕਹਿੰਦੇ ਉਹਨਾਂ ਨੇ ਮੈਨੂੰ ਪ੍ਰੋਫੈਸਰ ਦੀ ਉਪਾਧੀ ਦੇ ਤੀ ਟੌੜਾ ਸਾਹਿਬ, ਅਤੇ ਉਹਨਾਂ ਤੋਂ ਉੱਤੇ ਪ੍ਰੋਫੈਸਰ ਬਣਾ ਤਾ। ਲਓ ਜੀ, ਇੱਦਾਂ ਵੀ ਕੋਈ ਸੰਸਥਾ ਦਾ ਆਗੂ, ਭਾਵੇਂ ਉਸ ਸਰਦਾਰ ਗੁਰਚਰਨ ਸਿੰਘ ਟੌੜਾ ਹੀ ਹੋਣ ਜਾਂ ਕਿਸੇ ਜਥੇਦਾਰ ਦੇ ਕਹਿਣ ਨਾਲ ਵੀ ਤੂੰ ਪ੍ਰੋਫੈਸਰ ਬਣ ਗਿਆ, ਬੰਦਾ 3 ਪੜ੍ਹਿਆ ਬੰਦਾ ਪ੍ਰੋਫੈਸਰ ਬਣ ਗਿਆ, ਅਤੇ ਉਹਨੂੰ ਗੁਰੂ ਘਰ ਦੀ ਗੁਰਮਤ ਦੀ ਸਾਰੀ ਸੋਝੀ ਆ ਗਈ, ਅਤੇ ਐਡਾ ਉਹ ਆਪਣੇ ਆਪ ਨੂੰ ਗੁਰ ਕਹਿਣ ਲੱਗ ਜਾਏ ਕਿ ਇੱਥੇ ਤੱਕ ਆ ਜਾਏ ਵੀ ਰੂਹ ਰਾਹ ਕੋਈ ਨਹੀਂ ਹੁੰਦੀ, ਬਸ ਜੋ ਕੁਛ ਆ ਸਰੀਰ ਹੀ ਆ ਵਾ। ਗੁਰੂ ਨਾਨਕ ਦੇਵ ਮਹਾਰਾਜ ਨੂੰ ਗੁਰੂ ਕਹਿਣ ਲੱਗਿਆ ਉਹਦੀ ਜਵਾਨ ਕੰਬੇ, ਅਤੇ ਆਖੇ ਨਾਨਕ ਆਖੋ ਤਾਂ ਚੰਗਾ। ਅਤੇ ਇਹੋ ਜਿਹੇ ਪ੍ਰੋਫੈਸਰਾਂ ਨੇ ਤਾਂ ਆਪਣਾ ਬੇੜਾ ਗਰਕ ਕੀਤਾ, ਅਤੇ ਜਿਹੜੇ ਉਹਨਾਂ ਦੇ ਪਿੱਛੇ ਜਾਣਗੇ ਉਹ ਵੀ ਡੁੱਬਣਗੇ ਸਾਧਸੰਗ। ਅਸਰ ਕਿਸ ਚੀਜ਼ 'ਤੇ ਪੈਂਦਾ? ਮਨ 'ਤੇ। ਹੁਣ ਇਹ ਬੰਦੇ ਜਿਹੜੇ ਡੁੱਬੇ ਹੋਏ ਆ, ਇਹਨਾਂ ਨੇ ਪੜ੍ਹ ਲਿਆ ਦਲਗੀਰ ਵਰਗੀਆਂ ਨਾਸਤਿਕਾਂ ਨੂੰ, ਇਹਨਾਂ ਦੇ ਉੱਤੇ ਅਸਰ ਹੈ ਲੈਨਿਨ ਵਰਗਿਆਂ ਦਾ, ਮਾਰਕਸ ਵਰਗਿਆਂ ਦਾ, ਇਹ ਨਹੀਂ ਅਸੀਂ ਕਹਿੰਦੇ ਉਹਨਾਂ ਨੂੰ ਪੜ੍ਹੋ ਜਾਂ ਨਾ ਪੜ੍ਹੋ, ਉਹਨਾਂ ਦੀ ਇੱਕ ਵੱਖਰੀ ਵਿਚਾਰਧਾਰਾ ਹੈ। ਜਿਹੜਾ ਜਿਹਨੂੰ ਇਹ ਗੱਲ ਨਹੀਂ ਕਿ ਨਾਸਤਿਕ ਮਤ ਨੂੰ ਅਸੀਂ ਮਾੜਾ ਕਹਿੰਦੇ ਹਾਂ ਜਾਂ ਚੰਗਾ, ਮੈਂ ਵੀ ਪੜ੍ਹਿਆ ਨਾਸਤਿਕ ਮਤ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਨਾਸਤਿਕ ਮਤ ਦਾ। ਸਾਡੇ ਇੱਥੇ ਕਹਿ ਲਓ ਸਨਾਤਨ ਮਤ ਵਿੱਚ ਵੀ ਇੱਕ ਬੜਾ ਤਕੜਾ ਨਾਸਤਿਕ ਮਤ ਚੱਲਦਾ, ਚਾਰਵਾਕ ਦਰਸ਼ਨ ਚੱਲਦਾ। ਚਾਰਵਾਕ ਉਹ ਮੇਰੇ ਉਹਦੇ ਵਿੱਚ ਸਬਜੈਕਟ ਵਿੱਚ ਸੀ ਯੂਨੀਵਰਸਿਟੀ ਦੇ, ਮੈਨੂੰ ਪੜ੍ਹਨਾ ਪਿਆ ਚਾਰਵਾਕ। ਮੰਨਦਾ ਹੀ ਨਹੀਂ ਰੱਬ ਨੂੰ, ਖੰਡਨ ਹੀ ਕਰੀ ਜਾਂਦਾ।
ਉਹ ਕਹਿੰਦਾ ਖਾਓ ਪੀਓ ਆਨੰਦ ਲਓ, ਕਿਹੜਾ ਕਿਹਨੇ ਕੀ ਦੇਖਿਆ, ਇੱਦਾਂ ਦੀਆਂ ਗੱਲਾਂ ਕਰਨ ਵਾਲਾ ਚਾਰਵਾਕ। ਪਰ ਹੈਰਾਨੀ ਦੀ ਗੱਲ ਇਹ ਹੈ, ਚਾਰਵਾਕ ਦਰਸ਼ਨ ਵੀ ਇਹ ਗੱਲ ਕਹਿੰਦਾ ਹੈ ਕਿ ਇਹ ਮੈਂ ਤਾਂ ਲਿਖਿਆ, ਇਹ ਗ੍ਰੰਥ ਦਾ ਮੇਨ ਜਿਹੜਾ ਉਪਲਕਸ਼ ਹੈ ਇਸ ਕਰਕੇ ਕਿ ਬੰਦੇ ਦੀ ਮੁਕਤੀ ਹੋ ਜਾਏ। ਜਾਣੀ ਸਾਡੇ ਇੱਥੇ ਚਾਰਵਾਕ ਵੀ ਪੜ੍ਹਨਾ ਪੈਂਦਾ ਹੈ, ਨਿਆਂ ਵੀ ਪੜ੍ਹਨਾ ਪੈਂਦਾ, ਸ਼ਾਂਖ ਵੀ ਪੜ੍ਹਨਾ ਪੈਂਦਾ, ਵੈਸ਼ੇਖਿਕ ਵੀ ਪੜ੍ਹਨਾ ਪੈਂਦਾ, ਪਤੰਜਲੀ ਦਾ ਵੀ ਦੇਖਣਾ ਪੈਂਦਾ, ਵੇਦਾਂਤ ਵੀ ਦੇਖਣਾ ਪੈਂਦਾ। ਕੀ ਆ ਉਹ ਬ੍ਰਹਮ ਕਿਹਨੂੰ ਕਹਿੰਦਾ, ਜੀਵ ਕਿਹਨੂੰ ਕਹਿੰਦਾ, ਇਸ਼ ਕਿਹਨੂੰ ਕਹਿੰਦਾ। ਪਰ ਇਹ ਮਤਲਬ ਨਹੀਂ ਕਿ ਕਿਸੇ ਦੀ ਫਿਲੋਸਫੀ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਗੁਰਬਾਬੇ ਦੀ ਬਾਣੀ ਦੇ ਅਰਥਾਂ ਦੇ ਅਨਰਥ ਕਰੀ ਜਾਓ, ਖੰਡਨ ਕਰੀ ਜਾਓ, ਐਸਾ ਨਹੀਂ ਹੈ। ਗੁਰਬਾਣੀ ਨੂੰ ਪੜ੍ਹਨ ਲੱਗਿਆਂ, ਗੁਰਬਾਣੀ ਦੀ ਵਿਆਖਿਆ ਪੜ੍ਹਨ ਲੱਗਿਆਂ ਯੋਗ ਮਤ ਵੀ ਪੜ੍ਹਨਾ ਪੈਂਦਾ ਹੈ। ਤੰਤਰ ਮਤ ਦੀਆਂ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ, ਯੋਗ ਮਤ ਦੀ ਖਿੰਥਾ ਕਾਲ ਕੁਆਰੀ ਕਾਇਆ ਜਦੋਂ ਤੁਸੀਂ ਪੜ੍ਹੋਗੇ, ਜੁਗਤ ਡੰਡਾ ਪ੍ਰਤੀਤ ਕੁਆਰੀ ਕਾਇਆ, ਕਾਲ ਕੁਆਰੀ ਕਾਇਆ ਨੂੰ ਦੇਖ ਲਿਓ, ਅਤੇ ਤੰਤਰ ਮਤ ਵਿੱਚ ਇੱਕ ਵਿੱਦਿਆ ਹੈ ਜਿਹੜੀ ਕੁਆਰੀ ਇਸਤਰੀ ਦੇ ਕਹਿ ਲਓ ਕਿ ਸੰਪਰਕ ਵਿੱਚ ਆ ਕੇ ਉਹਨੂੰ ਬਿਠਾ ਕੇ ਅਤੇ ਸਾਧਨਾ ਕਰਦੇ ਆ, ਤੰਤਰ ਵਿੱਦਿਆ ਸਿੱਧੀ ਲੈਂਦੇ ਆ, ਅਤੇ ਉਹ ਵੀ ਤੁਹਾਨੂੰ ਪੜ੍ਹਨੀਆਂ ਪੈਂਦੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ। ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਅਸੀਂ ਉਹ ਕੰਮ ਕਰਨ ਲੱਗ ਜਾਣਾ, ਬਾਬਾ ਜੀ ਨੇ ਦੱਸਿਆ ਵੀ ਆਹ ਕੁਛ ਚੱਲ ਰਿਹਾ, ਪਰ ਅਸਲ ਕੀ ਹੈ, ਗੁਰਮਤ ਕੀ ਹੈ, ਇਹ ਗੱਲ ਸਮਝਣੀ ਹੈ। ਪਰ ਇਹ ਸਮਝ ਤਾਂ ਲੱਗੇਗੀ ਜੇ ਗੁਰੂ ਬਾਬੇ ਦੇ ਸੰਪਰਕ ਵਿੱਚ ਆਉਂਗੇ, ਜੇ ਗੁਰੂ ਬਾਬੇ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਨੇੜੇ ਲਗੋਗੇ। ਅਤੇ ਜਦੋਂ ਦਾ ਜਿਸ ਤਰੀਕੇ ਦਾ ਸੰਗਤ ਹੋਏਗੀ, ਸੁਰਤ ਉੱਧਰ ਨੂੰ ਜਾਏਗੀ, ਮਨ 'ਤੇ ਉੱਦਾਂ ਦਾ ਪ੍ਰਭਾਵ ਪਏਗਾ, ਜਦੋਂ ਮਨ ਉਹੋ ਜਿਹਾ ਹੋ ਗਿਆ, ਬਸ ਫਿਰ ਸਰੀਰਕ ਚਿੰਨ੍ਹ ਵੀ ਉੱਦਾਂ ਦੇ ਪ੍ਰਗਟ ਹੋ ਜਾਣਗੇ। ਜਦੋਂ ਗੁਰੂ ਬਾਬੇ ਦੀ ਫਿਲੋਸਫੀ ਨਾਲ ਪੂਰਾ ਪਿਆਰ ਹੋ ਗਿਆ ਨਾ, ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਆਪਣੇ ਪੁੱਤਰ ਸ਼ਹੀਦ ਕਰਵਾਉਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਮੰਗਦਾ, ਇੱਕ ਕੰਘਾ ਮੰਗਦਾ ਅਤੇ ਕੇਸ ਮੰਗਦਾ ਹੈ, ਅਤੇ ਮਹਾਰਾਜ ਕਹਿੰਦੇ ਹੋਰ ਮੰਗ ਲਾ ਦੁਨੀਆਂ ਦੀ ਕੋਈ ਸ਼ੈ, ਕਹਿੰਦਾ ਜੀ ਦੁਨੀਆਂ ਦੀ ਕੋਈ ਸ਼ੈ ਇਸ ਚੀਜ਼ ਤੋਂ ਵੱਧ ਕੇ ਨਹੀਂ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਕੇ ਆਪਣਾ ਕੰਘਾ ਅਤੇ ਕੇਸ ਦਿੰਦੇ ਆ, ਉਹ ਬੰਦਾ ਗੁਰੂ ਜੀ ਦੀਆਂ ਇਹਨਾਂ ਪਾਵਨ ਨਿਸ਼ਾਨੀਆਂ ਨੂੰ ਮੁਗਲਾਂ ਦੇ ਹੱਥ ਨਹੀਂ ਲੱਗਣ ਦਿੰਦਾ, ਅਤੇ ਟੋਟੇ ਟੋਟੇ ਕਰਕੇ ਉਹਨੂੰ ਸ਼ਹੀਦ ਕੀਤਾ ਗਿਆ ਪੀਰ ਬੁੱਧੂ ਸ਼ਾਹ ਨੂੰ। ਅਤੇ ਫਿਰ ਪਤਾ ਲੱਗਦਾ ਗੁਰੂ ਬਾਬੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੇਸਾਂ ਅਤੇ ਕੰਘੇ ਨਾਲ ਕਿੰਨਾ ਪਿਆਰ ਕਰਦੇ ਸਨ, ਮੁਰੀਦ ਸਨ ਜਿਹੜੇ ਮਹਾਰਾਜ ਦੇ। ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਰਾਏ ਇਕੱਲਾ ਡਿੱਗਦਾ ਹੈ, ਮਹਾਰਾਜ ਕਹਿੰਦੇ ਜੜ ਪੁੱਟੀ ਗਈ ਇਹਨਾਂ ਮੁਗਲਾਂ ਦੀ। ਕਹਿੰਦਾ ਮਹਾਰਾਜ ਮੈਂ ਵੀ ਮੁਗਲਾਂ, ਮੇਰੀ ਰੱਖ ਲਓ। ਅਤੇ ਮਹਾਰਾਜ ਆਪਣੀ ਸ਼੍ਰੀ ਸਾਹਿਬ ਦਿੰਦੇ ਹੈ, ਅਤੇ ਕਹਿੰਦੇ ਸ਼੍ਰੀ ਸਾਹਿਬ ਦੀ ਸੇਵਾ ਕਰੀ, ਇਹਦੀ ਪੂਜਾ ਕਰੀ, ਜਿੰਨਾ ਚਿਰ ਇਹਦੀ ਪੂਜਾ ਕਰੇਗਾ ਸੇਵਾ ਕਰੇਗਾ, ਤੇਰੇ ਘਰ ਘਾਟਾ ਨਹੀਂ ਕਿਸੇ ਚੀਜ਼ ਦਾ ਪਏਗਾ, ਤੇਰੀ ਜੜ ਹਰੀ ਰਹੇਗੀ। ਅਤੇ ਫਿਰ ਉੱਥੋਂ ਪਤਾ ਲੱਗਦਾ ਗੁਰੂ ਪਾਤਸ਼ਾਹ ਦੇ ਦੀ ਜਿਹੜੇ ਸ਼ਸਤਰ ਸਨ, ਉਹਨਾਂ ਦੀਆਂ ਜਿਹੜੀਆਂ ਵਸਤੂਆਂ, ਜਿਹੜੀ ਚੀਜ਼ ਨੂੰ ਉਹਨਾਂ ਨੇ ਛੋਹਿਆ, ਕਿੰਨੀ ਤਾਕਤ ਸੀ ਉਹਦੇ ਵਿੱਚ, ਸ਼੍ਰੀ ਸਾਹਿਬ ਨਾਲ ਕਿੰਨਾ ਪਿਆਰ ਸੀ ਮਹਾਰਾਜ। ਤਾਂ ਜਦੋਂ ਇੱਦਾਂ ਪੜ੍ਹਦੇ ਹਾਂ, ਫਿਰ ਆਪਾਂ ਆਪ ਵੀ ਸ਼੍ਰੀ ਸਾਹਿਬ ਨਹੀਂ ਵਿਸਾਰਦੇ, ਫਿਰ ਉਹ ਸਿੱਖ ਜਿਹੜਾ ਜਿਹੜੇ ਨੂੰ ਇਤਿਹਾਸ ਦਾ ਆਪਣੇ ਦਾ ਪਤਾ ਹੋਏਗਾ, ਮਨ ਉੱਧਰ ਨੂੰ ਜੁੜਿਆ ਹੋਏਗਾ, ਉਹ ਕਿਵੇਂ ਸ਼੍ਰੀ ਸਾਹਿਬ ਲਾ ਕੇ ਕੀਲੀ 'ਤੇ ਟੰਗ ਦੇਵੇਗਾ ਜੀ, ਉਹ ਇੱਕ ਸ਼੍ਰੀ ਸਾਹਿਬ ਰੱਖੇਗਾ। ਉਹਨੂੰ ਦੱਸਣ ਦੀ ਲੋੜ ਥੋੜ੍ਹਾ ਪਏਗੀ ਜਿਹਨੇ ਪੀਰ ਬੁੱਧੂ ਸ਼ਾਹ ਦਾ ਇਤਿਹਾਸ ਪੜ੍ਹਿਆ, ਕਿ ਭਾਈ ਕੰਘਾ ਕੇਸਾਂ 'ਚ ਲਾ ਕੇ ਹੀ ਰੱਖਣਾ, ਲਾਉਣਾ ਨਹੀਂ ਹੈ। ਅੱਜ 70% ਬੰਦਿਆਂ ਨੂੰ ਤੁਸੀਂ ਪੁੱਛ ਲਓ ਕਿ ਅੰਮ੍ਰਿਤ ਛਕਿਆ, ਅਧੇ ਤਾਂ ਕਹਿਣਗੇ ਨਹੀਂ ਜੀ। ਫਿਰ ਉਹਨਾਂ 'ਚੋਂ ਜਿਹੜੇ ਬੰਦੇ ਹੋਣਗੇ ਛਕੇ ਹੋਏ ਨਿਕਲਣਗੇ, ਉਹਨਾਂ 'ਚੋਂ ਪੁੱਛੋ ਵੀ 5 ਕਕਾਰ ਪੂਰੇ ਆ, ਕੰਘਾ ਹੈਗਾ ਉਹਨਾਂ 'ਚੋਂ, ਕਹਿ ਲਓ 5-7% ਇੱਦਾਂ ਦੇ ਨਿਕਲੇ ਹੋਣਗੇ ਜਿਹੜੇ ਬੰਦੇ ਕਹਿਣਗੇ ਜੀ ਕੰਘਾ ਤਾਂ ਨਹੀਂ ਹੈਗਾ, ਬਾਕੀ ਸਾਰਾ ਕੁਛ ਹੈ। ਫਿਰ ਕੇਸਾਂ ਦੀ ਬੇਅਦਬੀ ਕਰਾਉਂਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਜੇ ਆਪਣੇ ਇਤਿਹਾਸ ਨੂੰ ਮਨ ਨਾਲ ਪੜ੍ਹਿਆ ਸੁਣਿਆ ਹੋਏਗਾ, ਤਾਂ ਫਿਰ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹਿਆ ਹੋਏਗਾ ਕਿ ਉਹਨੇ ਕੇਸਾਂ ਦੇ ਬਦਲੇ ਖੋਪੜ ਲਹਾਇਆ, ਅਤੇ ਫਿਰ ਸਰੀਰਕ ਤੌਰ 'ਤੇ ਵੀ ਜਦੋਂ ਮਨ 'ਚ ਸਿੱਖੀ ਹੋਏਗੀ ਨਾ, ਫਿਰ ਸਰੀਰਕ ਤੌਰ 'ਤੇ ਪ੍ਰਗਟ ਹੋਏਗੀ। ਇਉਂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਮਨ ਤੋਂ ਸ਼ੁਰੂ ਕਰ ਰਹੇ ਆ ਗੱਲ। ਇੱਕ ਗੱਲ ਯਾਦ ਰੱਖਿਓ, ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਇਨਫੈਕਸ਼ਨ, ਇੱਕ ਹੁੰਦਾ ਇੰਜੈਕਸ਼ਨ। ਇੰਜੈਕਸ਼ਨ ਹੁੰਦਾ ਬਾਹਰੋਂ ਲਾਇਆ ਜਾਂਦਾ, ਇਨਫੈਕਸ਼ਨ ਹੁੰਦੀ ਹੈ ਅੰਦਰੋਂ ਬੋਡੀ 'ਚੋਂ, ਸਰੀਰ 'ਚੋਂ ਇਨਫੈਕਸ਼ਨ ਹੋ ਗਈ। ਧਰਮ ਇੰਜੈਕਸ਼ਨ ਦੀ ਤਰ੍ਹਾਂ ਥੋਪਿਆ ਨਹੀਂ ਜਾਂਦਾ ਕਦੇ, ਬਾਹਰੋਂ ਥੋਪਿਆ ਹੋਇਆ ਧਰਮ ਨਹੀਂ ਰਹਿੰਦਾ।
धर्म दरअसल तुहाडे अंदरों होना चाहिए। धर्म दे तां भाव अर्थी धारण है, धारण करना, धर्म धारना जुड़ना। जदों तुसीं अंदरों जुड़ गए तो तुसीं धार्मिक हो गए। जे तुसीं केवल वारी तौर पर गल्लां करोगे, दिखावा करोगे, आखिर किते ना किते जाके वो जो बाहरी गल है वो उतर जाती है, बहुता समा नहीं रहिंदी। इउं गुरु नानक देव जी कहिंदे आ वी अपने मन ते कम करो, देखो मन की कर रहा तुहाडा, मन नूं वेखो, मन ते साक्षी हो के वेखो भी जपजी साहब जद पढ़दे आ मन कित्थे हुंदा है, सारा दिन मेरा मन की सोचता है। मैं तुरिया जाना बाजार विच, मेरी अखां की वेखदियां ने, अखां दे राही कौन देखदा, मन। मेरे कन्न कही जिहियां गल्लां सुणदे आ कौन सुणदा, मन। मेरी जीव किदां दे रस लैंदी है, लैंदा कौन है, मन। मेरी जीव किदां दे बोल बोलदी है, बोल कौन रहा हुंदा, मन। मन बोलदा ना अंदरों, वो संकल्प उठाउंदा तू बोली जाना, वो अंदरों तेरे इच्छा पैदा हुंदी आ, तू गल्लां सुणदा भैड़ियां चंगियां जिद्दां दियां भी, वो कहिंदा अंदर मन बैठा टंग खिंचदा, तू फिर देखदा दुनिया दे रंग तमाशे किदां दे किदां दे। तू वेख ना अपने मन दा मुनसबदार हो, चौकीदार हो, पहरेदार हो। इस लई गुरु नानक देव जी ने गल शुरू की, सुन मन भूले बावरे। ओए मना भुलिया होया, अपने सरूप नू भुल गया तू, परमेश्वर तो टुटे हुए मना बावरे, तू कमला हो गया, बावला हुंदा नहीं ना, तू इन्ना बावरा होया तेनू कोई कोई गल भी नहीं सुनती। तू सुन एक बार, जिमें कोई बंदा सामने खड़ा होए उन्हों आपां कहिंदे ने ध्यान दे, ओए क्लास विच टीचर जद पढ़ाउंदे आ, प्रोफेसर लोग लैक्चरार जदों लैक्चर लैंदे आ, किसी बच्चे दा ध्यान ना होए ते ओह फिर उहनूं कहिंदे हो जेंटलमैन लिसन, ध्यान दे इधर, सुन मैं की कह रहा। जदों फिर बंदा कहिंदा जी एक मिनट जी मैं सुनदा जी, फिर ध्यान देंदा। कॉलेजां यूनिवर्सिटियां दे तां अजकल दे हालात ऐसे हो, नहीं भी पुछदे, नहीं भी कहिंदे, वो अपना लैक्चर देंदे ते ओह जांदे ते ओह जांदे। पर ज़्यादातर जिहड़े ईमानदार लैक्चरार ने वो यतन करते हैं कि जिहड़ी गल मैं सुना रहा इन्हां नूं पढ़ावां, मैं दसां इन्हां नूं, पता लग जाए कोई कद्दा ते होवे इन्हां चो जिहड़ा मेरी गल समझे। इउं महाराज कहिंदे सुण मन भूले बावरे, सुण ओए सुन मना भुलिया होया, बावलिया बौला होया बैठा, कन्न कर बंद करी बैठा, सुन गल। फिर जदों सावधान हो गया, हाँ जी महाराज दसो जी, हाजर हैं जी, की दसना चाहते। कहिंदे गुर की चरणी लाग। भुले होया अपने स्वरूप नूं भुल गया, अपने परमेश्वर नूं भुल गया। जे हुण सुन रहे हैं ना तो फिर तैनूं दस दें, गुर की चरणी लाग, गुरु दे चरणी लग, अपने गुरु दे चरणां नाल जुड़ जा, मत्था टेकण जाया कर गुरु घर, शुरुआत इत्थों कर। महाराज मत्था टेकना बस हो गया कम, बहुता कहिंदे नहीं पहली क्लास है इहदा कोई फायदा नहीं जी, फिर जे मत्था टेकण दा कोई फायदा नहीं, ये कम नहीं होया फिर छड्डदा मत्था टेकणा। उह कहिंदे नहीं ये भी करनी पैंदी है, पहली भी करनी पऊ, फिर दूजी करनी पऊ, फिर तीजी करनी पऊ, चौथी पंजवीं, इउं अगे अगे जाणगियां। इउं नहीं अगे चल गया तो पिछली व्यर्थ चली गई, पिछली क्लास के सिर ते उत्ते गया, उत्ते चढ़न वाला बंदा पौड़ी दे पहले डंडे तो स्टार्ट किया, उन्हें चढ़ना छाल मार के नहीं उत्ते चढ़िया जाता। इउं ही शुरुआत कर गुरुद्वारे जाण दी, गुरुद्वारे जाया कर, मत्था टेकिया कर, फिर गुरुद्वारे जाके कुछ समा बैठिया कर, उत्थे कथा चलदी हुंदी उत्थे कथा सुनिया कर, कीर्तन हुंदा है महाराज जी दी बाणी दा, कीर्तन सुनिया कर, बाणी चलदी है बाणी सुन लिया कर, फिर समा हुंदा है सेवा कर लिया कर, सिमरन कर लिया कर, बाणी पढ़ लिया कर। इउं गुरु दे चरणी लग्या जाएगा,
ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਨੀ ਲਾਗ। ਗੁਰੂ ਦੇ ਚਰਨੀ ਹੁਣ ਲੱਗ ਗਿਆ, ਗੁਰੂ ਦੇ ਚਰਨੀ ਜਣੀ ਗੁਰੂ ਦੀ ਗੱਲ ਸੁਣਨ ਲੱਗ ਪਿਆ ਅਤੇ ਹੁਣ ਗੁਰੂ ਜੀ ਉਪਦੇਸ਼ ਦਿੰਦੇ। ਹਰ ਜਪ ਨਾਮ ਧਿਆਏ ਤੂੰ ਅੰਮ੍ਰਿਤ ਛਕ ਲਿਆ, ਸਿੰਘ ਸੱਜ ਗਿਆ, ਗੁਰੂ ਦੇ ਚਰਨੀ ਲੱਗ ਗਿਆ। ਬਾਹਰੀ ਤੌਰ 'ਤੇ ਆਪਣੇ ਆਪ ਨੂੰ ਸਾਧਣ ਦੇ ਲਈ ਗੁਰੂ ਦੇ ਰਾਹ ਦਾ ਪਾਬੰਦ ਹੋ ਗਿਆ, ਗੁਰਮੰਤਰ ਲੈ ਲਿਆ, ਹੁਣ ਕੰਮ ਹੋਇਆ ਸ਼ੁਰੂ। ਲਾਸਟ ਨਹੀਂ ਹੈ ਇਹ ਕੰਮ। ਕੋਈ ਬੰਦਾ ਆਖੇ ਜੀ ਆਖਰੀ ਮੰਜ਼ਿਲ ਹੈ, ਇਹ ਤਾਂ ਸ਼ੁਰੂਆਤ ਹੈ, ਹੁਣ ਹੋ ਗਈ ਸ਼ੁਰੂਆਤ। ਹਰ ਜਪ ਨਾਮ ਧਿਆਏ ਤੂੰ, ਹਰੀ ਦਾ ਜਾਪ ਕਰਿਆ ਕਰ, ਸਿਮਰਨ ਕਰਿਆ ਕਰ। ਹਰ ਜਪ ਨਾਮ ਧਿਆਏ ਤੂੰ, ਨਾਮ ਧਿਆਇਆ ਕਰ, ਗੁਰਮੰਤਰ ਦਾ ਅਭਿਆਸੀ ਹੋ ਜਾ। ਵਾਹਿਗੁਰੂ 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 ਵਾਹਿਗੁਰੂ। ਇੱਦਾਂ ਇਹ ਹੈ ਹਰੀ ਦਾ ਜਪ। ਜਪ ਦਾ ਅਰਥ ਹੁੰਦਾ ਇਹ ਕਿਸੇ ਮੰਤਰ ਨੂੰ ਲੈ ਕੇ ਵਾਰ ਵਾਰ ਉਹਦਾ ਰਟਨ ਕਰਨਾ, ਜਪ ਉਹਨੂੰ ਕਹਿੰਦੇ ਆ। ਪਾਠ ਹੁੰਦਾ ਕੋਈ ਬਾਣੀ ਨੂੰ ਲੈਣਾ, ਪੜ੍ਹੀ ਜਾਣਾ। ਪਰ ਸਾਡੇ ਤਾਂ ਹੁਣ ਇੱਦਾਂ ਦੀ ਗੱਲ ਹੋ ਗਈ ਹੈ, ਕਈ ਸਾਡੇ ਬੰਦੇ ਅਖੰਡ ਪਾਠ ਨੂੰ ਵੀ ਕਹਿਣਗੇ ਜੀ ਸ਼੍ਰੀ ਅਖੰਡ ਜਾਪ ਹੋਇਆ, ਅਖੰਡ ਜਾਪ ਨਾ ਭਾਈ। ਹੱਥ ਜੋੜ ਕੇ ਬੇਨਤੀ ਹੈ, ਕੋਈ ਮਾੜਾ ਮੋਟਾ ਪੜ੍ਹ ਲਿਆ ਕਰੋ, ਕੋਈ ਮਹਾਨ ਕੁਛ ਪੜ੍ਹ ਲਓ ਕਮ ਸੇ ਕਮ, ਭਾਈ ਕਾਨ ਸਿੰਘ ਨਾਭਾ ਦਾ ਇੰਨਾ ਕੁ ਤਾਂ ਬੇਨਤੀ ਹੈ। ਤੁਸੀਂ ਧਰਮ ਦੇ ਨਾਂ ਦੇ ਉੱਤੇ ਲੋਕਾਂ ਤੋਂ ਲੈ ਰਹੇ ਹੋ, ਖਾ ਰਹੇ ਹੋ। ਜੇ ਤੁਸੀਂ ਚੰਗੀਆਂ ਚੀਜ਼ਾਂ ਨਹੀਂ ਦੱਸ ਸਕਦੇ, ਕਮ ਸੇ ਕਮ ਜਿਹੜੀਆਂ ਚੀਜ਼ਾਂ ਬਣੀਆਂ ਨੇ ਉਹਨਾਂ ਨੂੰ ਖਰਾਬ ਤਾਂ ਨਾ ਕਰੋ। ਜਿਹੜਾ ਅਖੰਡ ਪਾਠ ਕੌਮ ਨੇ ਬਣਾਇਆ ਹੈ ਜਾਂ ਅਖੰਡ ਦੇ ਪਿੱਛੇ ਪਾਠ ਸ਼ਬਦ ਲੱਗਦਾ, ਉਹਨੂੰ ਤਾਂ ਨਾ ਤੋੜ ਕੇ ਉੱਥੇ ਜਾਪ ਤਾਂ ਨਾ ਫਿੱਟ ਕਰੀ ਚੱਲੋ, ਜਾਂ ਪੜ੍ਹ ਲਓ ਜਾਪ ਦਾ ਅਰਥ ਕੀ ਹੈ। ਵਾਰ ਵਾਰ ਯਾਦ ਕਰਨਾ, ਰਟਨ ਕਰਨਾ ਵਾਰ ਵਾਰ ਉਸੇ ਚੀਜ਼ ਨੂੰ। ਇਸ ਲਈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਰ ਜਪ, ਉਹ ਜਪ ਹੀ ਆ, ਗੁਰਮੰਤਰ ਹੀ ਹੁੰਦਾ ਜਪ ਹੈ ਜਿਹੜਾ। ਵਾਰ ਵਾਰ ਧਿਆਉਣਾ, ਸਿਮਰਨਾ, ਇੱਕੋ ਹੀ ਮੰਤਰ ਨੂੰ ਧਿਆਨ ਦੇਣਾ ਜਾਂ ਕੋਈ ਸ਼ਬਦ ਲੈਣਾ, ਸ਼ਬਦ ਨੂੰ ਵਾਰ ਵਾਰ ਉਸੇ ਨੂੰ ਰਿਪੀਟ ਕਰਨਾ, ਉਹ ਹੁੰਦਾ ਜਪ। ਫਰਜ਼ ਕਰੋ ਕੋਈ ਸ਼ਬਦ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਸ਼ਬਦ ਵਾਰ ਵਾਰ ਜਦੋਂ ਪੜ੍ਹੀ ਗਏ ਫਿਰ ਜਾਪ ਹੋ ਗਿਆ, ਮੈਂ ਜਦੋਂ ਪੜ੍ਹਿਆ ਇੱਕ ਵਾਰ ਫਿਰ ਉਹ ਪਾਠ ਹੋ ਗਿਆ, ਪਾਠ ਹੋ ਗਿਆ। ਪਠ ਧਾਤੂ ਤੋਂ ਬਣਿਆ ਹੋਇਆ, ਪਠਨ ਕਰਨ ਦੇ ਲਈ ਜਾਪ ਹੋ ਗਿਆ, ਜਪ ਧਾਤੂ ਤੋਂ ਬਣਿਆ ਹੋਇਆ, ਜਾਪ ਕਰਨਾ ਉਸ ਚੀਜ਼ ਦਾ। ਇਉਂ ਹਰ ਜਪ ਨਾਮ ਧਿਆਏ ਤੂੰ, ਪਰਮਾਤਮਾ ਦਾ ਨਾਮ ਜਪਿਆ ਕਰ ਭਾਈ ਗੁਰਮੁਖਾ, ਫਿਰ ਹੋਏਗਾ ਕਿ ਜਮ ਡਰਪੈ ਦੁੱਖ ਭਾਗ। ਫਿਰ ਕਹਿੰਦੇ ਜਮ ਵੀ ਡਰਦਾ, ਜਮਦੂਤ ਵੀ ਡਰਦੇ ਹਨ ਜੇ ਹਰੀ ਦਾ ਜਾਪ ਕਰੇਗਾ। ਜਮਦੂਤ ਵੀ ਨੇੜੇ ਨਹੀਂ ਲੱਗਦਾ ਗੁਰਮੁਖਾਂ ਦੇ, ਜਮਦੂਤ ਦੀ ਤਾਕਤ ਨਹੀਂ ਕਿ ਜਮਦੂਤ ਉਹਨਾਂ ਦਾ ਕੁਝ ਵਿਗਾੜ ਦੇ ਜਾਂ ਉਹਨਾਂ ਦਾ ਨੁਕਸਾਨ ਕਰ ਦੇ। ਮਹਾਰਾਜ ਕਹਿੰਦੇ ਹਰੀ ਦੇ ਜਾਪ ਦਾ ਇਹ ਫਲ ਹੈ, ਜਮ ਡਰਪੈ ਦੁੱਖ ਭਾਗ। ਦੁੱਖ ਹੈ ਨਾ ਜਿਹੜੇ ਭੱਜ ਜਾਂਦੇ ਆ, ਨੇੜੇ ਨਹੀਂ ਲੱਗਦੇ, ਜਮਾਂ ਦਾ ਦੁੱਖ ਹੈ ਨਾ ਜਿਹੜਾ, ਜਾਂ ਹੋਰ ਕਈ ਤਰ੍ਹਾਂ ਦੇ ਦੁੱਖ ਹੈ, ਨਾਮ ਜਪਣ ਦੇ ਨਾਲ ਉਹ ਦੂਰ ਚਲੇ ਜਾਂਦੇ ਆ। ਇੱਕ ਸਟੇਜ ਐਸੀ ਆਉਂਦੀ ਆ ਨਾਮ ਦੀ, ਅਗਰ ਚੇ ਨਾਮ ਇਤਨਾ ਹੋ ਜਾਏ ਪਰਪੱਕ, ਫਿਰ ਉਹ ਬੰਦਾ ਦੁੱਖ ਵੀ ਉਹਦੇ ਦੂਰ ਹੋ ਜਾਂਦੇ ਆ। ਅੱਜ ਕਈ ਸਾਰੇ ਬੰਦੇ ਬੜੇ ਸ਼ੰਕੇ ਕਿੰਤੂ ਕਰਦੇ ਜੇ ਬਾਣੀ ਪੜ੍ਹਨ ਨਾਲ ਦੁੱਖ ਦੂਰ ਹੋ ਜਾਂਦੇ ਅਤੇ ਹਸਪਤਾਲਾਂ ਦੀ ਕੀ ਲੋੜ ਹੈ, ਦਵਾਈਆਂ ਦੀ ਕੀ ਲੋੜ ਹੈ, ਹੋ ਜਾਂਦੇ ਆ, ਹੋ ਜਾਂਦੇ ਆ ਦੁੱਖ ਵੀ ਦੂਰ। ਪਰ ਕੀ ਉਸ ਤਰੀਕੇ ਤੂੰ ਉਸ ਸਟੇਜ 'ਤੇ ਪਹੁੰਚ ਗਿਆ? ਜੇ ਉੱਥੇ ਜਿੱਦਣ ਤੂੰ ਪਹੁੰਚ ਗਿਆ ਉੱਦਣ ਤੂੰ ਤੇਰਾ ਵੀ ਦੁੱਖ ਦੂਰ ਹੋਏਗਾ, ਤੂੰ ਚਾਹੇ ਕਿਸੇ ਦੂਜੇ ਦਾ ਵੀ ਕਰ ਸਕਦਾ ਦੂਰ ਬਾਣੀ ਪੜ੍ਹ ਕੇ। ਔਰ ਬਥੇਰਿਆਂ ਦੇ ਹੁੰਦੇ ਆ, ਬਾਣੀ ਨੇ ਤਾਂ ਆਖਿਆ ਵੀ ਹੈ, ਮਹਾਰਾਜ ਕਹਿੰਦੇ ਵੈਦਾਂ ਸੰਦਾਂ ਸੰਗ
ਇਕੱਠਾ ਹੋਇਆ ਹੋਆ ਔਖ ਦੇ ਆਏ ਰਾਸ ਵਿੱਚ ਆਪ ਖਲੋਆ। ਬੜੇ ਐਸੇ ਵਾਕੇ ਨੇ, ਇੱਕ ਨਹੀਂ ਸੈਂਕੜੇ ਨੇ, ਐਸੀਆਂ ਅਸਾਧ ਬਿਮਾਰੀਆਂ ਨੇ, ਐਸੇ ਰੋਗ ਨੇ ਜਿੱਥੇ ਡਾਕਟਰ ਹੱਥ ਖੜ੍ਹੇ ਕਰ ਗਏ ਅਤੇ ਉਹ ਠੀਕ ਹੋ ਗਈਆਂ ਬਾਣੀ ਸੁਣ ਕੇ। ਬੜੇ ਐਸੇ ਬੰਦਿਆਂ ਨੂੰ ਮੈਂ ਜਾਣਦਾ, ਮੈਂ ਆਪਣੇ ਤੌਰ 'ਤੇ ਵੀ ਜਾਣਦਾ ਕਈ ਬੰਦਿਆਂ ਨੂੰ, ਡਾਕਟਰ ਕਹਿੰਦੇ ਸੀ ਵੀ ਤੂੰ ਤੁਰ ਵੀ ਨਹੀਂ ਸਕਦਾ। ਬਾਹਰਲੇ ਮੁਲਕ 'ਚੋਂ ਬੰਦਾ ਕਹਿੰਦਾ ਨਹੀਂ ਜੀ ਬਾਬਾ ਮੈਂ ਤਾਂ ਜਾਣਾ, ਮੇਰਾ ਤਾਂ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ, ਕੇਸਗੜ੍ਹ ਸਾਹਿਬ ਪੈਣਾ, ਨਾਢਾ ਸਾਹਿਬ ਪੈਣਾ। ਆ ਗਿਆ ਬੰਦਾ, ਜਹਾਜ਼ ਚਾੜ ਕੇ ਲਿਆਂਦਾ, ਲਟਾ ਕੇ ਲਿਆਂਦਾ। ਭੋਗ ਤੋਂ ਬਾਅਦ ਉਹ ਬੰਦਾ ਤੁਰ ਕੇ ਗਿਆ, ਟੈਸਟ ਕਰਾਏ, ਕੈਂਸਰ ਨਹੀਂ ਰਿਹਾ। ਕੀ ਕਰੋਗੇ ਤੁਸੀਂ ਉੱਥੇ? ਡਾਕਟਰ ਪੁੱਛਦੇ ਫਿਰਦੇ ਆ ਇਹ ਕਿਹੜੀ ਦਵਾਈ ਲਈ, ਉਹ ਕਹਿੰਦਾ ਬਾਬਾ ਜਾਣਦਾ ਕਿਹੜੀ ਦਵਾਈ ਲਈ। ਇਹੋ ਜਿਹੇ ਬੰਦੇ ਵੀ ਇੱਥੇ ਨਾਢਾ ਸਾਹਿਬ ਸ਼ਾਮ ਨੂੰ ਇੱਕ ਬੰਦਾ ਆਉਂਦਾ ਹੁੰਦਾ ਮੱਥਾ ਟੇਕਣ, ਪੱਕਾ ਆਉਂਦਾ, ਡੇਲੀ ਆਉਣਾ ਹੀ ਆਉਣਾ ਨੇ। ਬੜੀ ਵੱਡੀ ਪੋਸਟ ਤੋਂ ਰਿਟਾਇਰਡ ਹੈ ਉਹ ਇਨਸਾਨ, ਅਤੇ ਮਹਾਰਾਜ ਨੇ ਕਾਫੀ ਜ਼ਮੀਨ ਵੀ ਦਿੱਤੀ ਆ, ਕਾਫੀ ਵੱਡਾ ਇਨਸਾਨ ਹੈ, ਪਰ ਉਹ ਬੰਦਾ ਇਉਂ ਕਹਿ ਲਓ ਕਿ ਮਰ ਕੇ ਜਿਉਂਦਾ ਹੋਇਆ ਇੱਕ ਤਰ੍ਹਾਂ। ਹਾਰਟ ਅਟੈਕ ਆ ਗਿਆ ਬੜਾ, ਜਾਣੀ ਬਿਲਕੁਲ ਜਦੋਂ ਡਿੱਗਣ ਲੱਗਾ ਉਹ ਕਹਿੰਦਾ ਇਉਂ ਕਰਿਓ ਮੈਨੂੰ ਜਦੋਂ ਐਂਬੂਲੈਂਸ ਲਿਜਾਣ ਤੋਂ ਘਰਦਿਆਂ ਨੂੰ ਕਹਿੰਦਾ ਮੈਨੂੰ ਨਾਢਾ ਸਾਹਿਬ ਲੈ ਕੇ ਜਾਇਓ ਪਹਿਲਾਂ, ਮੱਥਾ ਟਿਕਾ ਲਿਓ ਮੈਨੂੰ, ਬਾ ਫਿਰ ਉਹ ਤੋਂ ਬਾਅਦ ਕਿਤੇ ਲੈ ਕੇ ਜਾਇਓ। ਡਾਕਟਰ ਕਹਿੰਦੇ ਇਹਨੂੰ ਆਈ ਸੀ ਯੂ 'ਚ ਲੈ ਜਾਓ, ਉੱਥੇ ਲੈ ਜਾਓ ਫਲਾਣਾ। ਉਹ ਕਰਦੇ ਕਹਿੰਦੇ ਵੀ ਉਹਨੇ ਇਹਨੇ ਜਾਂਦੇ ਹੋਏ ਆਹ ਵਚਨ ਆਖਿਆ ਸੀ, ਸਾਹ ਬੰਦ ਸੁੰਨ ਡਿੱਗਿਆ ਹੋਇਆ ਆਇਆ ਇੱਥੇ ਮੱਥਾ ਟਿਕਾਇਆ, ਸਾਹ ਚੱਲ ਪਏ ਬੰਦੇ ਦੇ ਅਤੇ ਸਭ ਕੁਝ ਠੀਕ ਹੈ, ਹੁਣ ਬੰਦਾ ਤੁਰਦਾ ਫਿਰਦਾ। ਇੱਕ ਨਹੀਂ ਬੇਅੰਤ ਕੁਝ ਹੋ ਸਕਦਾ ਹੈ। ਕੀ ਤੁਸੀਂ, ਤੁਹਾਡੀ ਓਨੀ ਸਮਰੱਥਾ ਹੈ? ਹਰ ਕਿਸੇ ਦੀ ਸਮਰੱਥਾ ਆਪੋ ਆਪਣੀ ਹੈ। ਮੈਂ ਇੱਕ ਗਲਾਸ ਪਾਣੀ ਦਾ ਨਹੀਂ ਪੀ ਸਕਦਾ, ਉਹ ਤੋਂ ਵੱਧ ਨਹੀਂ ਪੀ ਸਕਦਾ। ਕੋਈ ਬੰਦਾ ਚਾਰ ਵੀ ਪੀ ਜਾਏਗਾ, ਕੋਈ ਬੰਦਾ ਦੋ ਪ੍ਰਸ਼ਾਦੇ ਛਕਦਾ, ਕੋਈ ਛੇ ਵੀ ਛੱਕ ਜਾਏਗਾ, ਕੋਈ ਬੰਦਾ 2 ਕਿਲੋ ਵਜਨ ਚੁੱਕ ਸਕਦਾ, ਕੋਈ 10 ਕਿਲੋ ਚੱਕਦਾ, ਕੋਈ 1 ਕੁਇੰਟਲ ਚੁੱਕ ਕੇ ਵਗਾ ਕੇ ਮਾਰਦਾ। ਇਹ ਤਾਂ ਆਪੋ ਆਪਣੀ ਹੈ। ਤੁਸੀਂ ਆਖੋ ਜੀ ਸਾਰਿਆਂ ਨਾਲ ਉਹੀ ਗੱਲ ਵਾਪਰੇ, ਲਓ ਜੀ ਮੈਂ ਇਹ ਕਰਦਾ, ਇਉਂ ਕਰਕੇ ਦਿਖਾਓ ਮੈਂ ਨਹੀਂ ਮੰਨਦਾ। ਕੋਈ ਬੰਦਾ ਮੇਰੇ ਤੋਂ ਨਹੀਂ 20 ਕਿਲੋ ਵਜਨ ਚੁੱਕਿਆ ਜਾਂਦਾ, ਮੈਂ ਆਖਾਂ ਜੀ 50 ਕਿਲੋ ਨਹੀਂ ਕੋਈ ਚੱਕ ਸਕਦਾ, ਇਹ ਇੱਕ ਮੇਰੀ ਗਲਤੀ ਹੈ। ਇਉਂ ਸਾਧ ਸੰਗਤ ਬਾਣੀ ਵਿੱਚ ਬੜੀਆਂ ਤਾਕਤਾਂ, ਬੜੀਆਂ ਸਾਰੀਆਂ ਸ਼ਕਤੀਆਂ ਨੇ। ਗੁਰਬਾਣੀ ਨੂੰ ਪੜ੍ਹ ਕੇ ਬੜੇ ਸਾਰੇ ਰੋਗ, ਅਸਾਧ ਰੋਗ ਕੱਟੇ ਜਾਂਦੇ ਆ, ਪਰ ਮਹਾਰਾਜ ਕਹਿੰਦੇ ਇੱਥੋਂ ਤੱਕ ਵੀ ਹੈ ਬਾਣੀ ਨੂੰ ਜਮਦੂਤ ਵੀ ਛੱਡ ਜਾਂਦੇ ਅਤੇ ਦੁੱਖ ਭਾਗ ਦੁੱਖ ਵੀ ਬੰਦੇ ਦੇ ਭੱਜ ਜਾਂਦੇ ਆ, ਦੁੱਖ ਵੀ ਚਲੇ ਜਾਂਦੇ ਆ। ਐਸੇ ਰੋਗ ਜਿਹੜੇ ਨਹੀਂ ਸੀ ਸਾਧ ਠੀਕ ਹੋ ਸਕਦੇ, ਅਸਾਧ ਤੋਂ ਅਸਾਧ ਰੋਗ ਵੀ ਨਾਮ ਜਪਣ ਨਾਲ, ਸਿਮਰ ਨਾਲ ਚਲੇ ਜਾਂਦੇ ਆ। ਜਦੋਂ ਬੰਦਾ ਉਸ ਅਵਸਥਾ 'ਤੇ ਚਲਾ ਜਾਂਦਾ ਹੈ, ਸਰੀਰ ਅਤੇ ਸਰੀਰ ਨਾਲੋਂ ਆਤਮਾ ਨੂੰ ਵੱਖਰੀ ਪਹਿਚਾਣ ਲੈਂਦਾ, ਆਪਣੇ ਨਿੱਜੀ ਘਰ 'ਚ ਚਲਾ ਜਾਂਦਾ, ਉੱਥੇ ਉਹ ਅੰਦਰ ਜਾ ਕੇ ਇੰਨਾ ਸੂਖਸ਼ਮ ਹੋ ਜਾਂਦਾ, ਸੁਣਿਆ ਯੋਗ ਜੁਗਤ ਤਨ ਭੇਦ, ਉਹਨੂੰ ਆਪਣੇ ਸਰੀਰ ਦੀ ਵੀ ਰੋਮ ਰੋਮ ਦਾ ਪਤਾ ਲੱਗ ਜਾਂਦਾ, ਉਹ ਆਪਣੇ ਸਰੀਰ 'ਚੋਂ ਰੋਗ ਵੀ ਕੱਢ ਸਕਦਾ ਬਾਹਰ। ਉਹਦੀ ਮਰਜ਼ੀ ਹੈ ਉਹ ਕੱਢਣਾ ਚਾਹੇ, ਉਹਦੀ ਮਰਜ਼ੀ ਹੈ ਉਹ ਪ੍ਰਭੂ ਦੇ ਭਾਣੇ ਵਿੱਚ ਰਹਿ ਕੇ ਵੇਖ ਰਿਹਾ ਕਿ ਸਰੀਰ ਦਾ ਇਹ ਪ੍ਰਲਭ ਹੈ, ਇਹਨੂੰ ਲੱਗਣੀ ਸੀ, ਇੰਨਾ ਸਮਾਂ ਸਰੀਰ ਦਾ ਬਾਕੀ ਪਿਆ। ਸਰੀਰ ਇੱਕ ਕੱਪੜੇ ਦੀ ਤਰ੍ਹਾਂ, ਕੱਪੜਾ ਹੁਣ ਪੁਰਾਣਾ ਹੋ ਗਿਆ, ਕਿੰਨਾ ਕੁ ਸਮਾਂ ਰੱਖਣਾ, ਜਦੋਂ ਇਹਦੀ ਲੋੜ ਨਾ ਹੋਈ ਉਹਨੇ ਛੱਡ ਕੇ ਅੱਗੇ ਚਲਾ ਗਿਆ, ਉਹਦੀ ਮਰਜ਼ੀ ਹੈ। ਕਿਉਂਕਿ ਉਹਦਾ ਮੋਹ ਨਹੀਂ ਨਾ ਰਹਿੰਦਾ ਇਹਦੇ ਨਾਲ, ਉਹਨੂੰ ਪਤਾ ਲੱਗਦਾ ਤਾਂ ਇੱਕ ਕੱਪੜਾ, ਮੈਲਾ ਹੋ ਜਾਏ, ਪੁਰਾਣਾ ਹੋ ਜਾਏ, ਫਟ ਜਾਏ, ਛੱਡ ਕੇ ਉਹ ਜਾਂਦਾ, ਅਗਲਾ ਹੋਰ ਪਾ ਲੈਂਦਾ। ਮਰਜ਼ੀ ਉਹਨੇ ਪਾਉਣਾ ਵੀ ਹੈ ਜਾਂ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ 'ਚ ਭੇਦ ਰਹਿਣਾ, ਪਰ ਇਹ ਸ਼ੋਰ ਹੈ, ਇਹ ਪੱਕਾ ਹੈ ਕਿ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ ਬੰਦਾ ਦੁੱਖਾਂ ਤੋਂ ਉੱਤੇ ਹੋ ਜਾਂਦਾ ਹੈ। ਇਹ ਗੁਰੂ ਨਾਨਕ ਦੇਵ ਜੀ ਕਹਿ ਰਹੇ ਆ। ਅਤੇ ਦੂਜੇ ਪਾਸੇ ਦੁੱਖ ਘਣੋਂ ਦੁਹਾਗਣੀ, ਜਿਹੜੀਆਂ ਦੁਹਾਗਣੀਆਂ ਨੇ, ਦੋ ਆਂਗਣਾਂ ਵਿੱਚ ਮਤਲਬ ਦੁਬਧਾ 'ਚ ਫਸੀਆਂ ਹੋਈਆਂ, ਦੁਹਾਗਣ ਜੀ ਵਿਸਤਰੀਆਂ, ਉਹਨਾਂ ਨੂੰ ਦੁੱਖ ਬੜਾ। ਕਿਉਂ ਥਿਰ ਰਹਿ ਸੁਹਾਗ, ਕਹਿੰਦੇ ਉਹਨਾਂ ਦਾ ਸੁਹਾਗ ਕਿਵੇਂ ਰਹਿ ਸਕਦਾ ਸਦਾ। ਦੁਹਾਗਣੀਆਂ ਉਹ ਕਿਹਨੂੰ ਕਹਿਣਗੀਆਂ? ਪਤੀ
ਮੰਨਿਆ ਹੀ ਨਹੀਂ ਕੋਈ ਪਤੀ ਹੈ ਨਹੀਂ ਕਦੇ ਉੱਧਰ ਕਦੇ ਉੱਧਰ। ਜਦ ਪਤੀਓ ਨਹੀਂ ਫਿਰ ਕਿਹੜੀ ਨੇ ਸਿਰ 'ਤੇ ਹੱਥ ਰੱਖਣਾ ਹੈ। ਇਉਂ ਹੀ ਉਹ ਜੀਵ ਇਸਤਰੀਆਂ ਜਿਹੜੀਆਂ ਭਟਕਦੀਆਂ ਹੀ ਰਹੀਆਂ, ਉਹਨਾਂ ਦਾ ਥਿਰ ਸੁਹਾਗ ਜਾਣੀ ਪਰਮਾਤਮਾ ਕਿਵੇਂ ਉਹਨਾਂ ਨੂੰ ਮਿਲ ਸਕਦਾ, ਜਾਣੀ ਨਹੀਂ ਮਿਲੇਗਾ। ਭਾਈ ਰੇ ਅਵਰ ਨਾਹੀ ਮੈਂ ਥਾਉ, ਹੇ ਭਾਈ ਜਨੋ ਗੁਰਮੁਖੋ, ਗੁਰੂ ਨਾਨਕ ਦੇਵ ਜੀ ਕਹਿੰਦੇ ਮੈਨੂੰ ਤੇ ਹੋਰ ਕੋਈ ਥਾਂ ਹੋਰ ਕੋਈ ਟਿਕਾਣਾ ਹੈ ਨਹੀਂ, ਮੈਂ ਨਹੀਂ ਕਿਸੇ ਹੋਰ ਟਿਕਾਣੇ 'ਤੇ ਜਾਂਦਾ। ਬਥੇਰਾ ਜ਼ੋਰ ਲਾਇਆ ਗੁਰੂ ਬਾਬੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾਂ ਨੇ, ਸਿੱਧ ਚਾਹੁੰਦੇ ਸਨ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਜੋਗੀ ਸੋਚਦੇ ਸਨ ਕਿ ਜਿਵੇਂ ਕਿਵੇਂ ਕਰਕੇ ਗੁਰੂ ਬਾਬੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਜੋਗੀ ਬਣਾ ਲਿਆ ਜਾਏ। ਹਿੰਦੂ ਧਾਰਮਿਕ ਸਥਾਨਾਂ 'ਤੇ ਗੁਰੂ ਜੀ ਗਏ, ਉੱਥੇ ਦੇ ਵਿਦਵਾਨਾਂ ਨੇ ਗੁਰੂ ਜੀ ਦੇ ਉੱਤੇ ਆਪਣਾ ਅਸਰ ਪਾਉਣ ਦਾ ਯਤਨ ਕੀਤਾ। ਸੁਲਤਾਨਪੁਰ ਲੋਧੀ ਵਿੱਚ ਉੱਥੇ ਦੇ ਕਾਜ਼ੀ ਅਤੇ ਉੱਥੇ ਦੇ ਨਵਾਬ ਦੌਲਤ ਖਾਨ ਨੇ ਗੁਰੂ ਨਾਨਕ ਦੇਵ ਸਾਹਿਬ ਮਾਲ ਨੂੰ ਇੱਥੇ ਤੱਕ ਵੀ ਆਖਿਆ ਸਾਡੇ ਨਾਲ ਨਮਾਜ਼ ਪੜ੍ਹੋ, ਪਰ ਗੁਰੂ ਨਾਨਕ ਦੇਵ ਜੀ ਨਮਾਜ਼ ਵੀ ਪੜ੍ਹਦੇ ਰਹੇ, ਮੰਦਰਾਂ ਵਿੱਚ ਵੀ ਜਾਂਦੇ ਰਹੇ, ਯੋਗੀਆਂ ਨਾਲ ਵੀ ਗੋਸ਼ਟੀ ਹੁੰਦੀ ਰਹੀ, ਪਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਕੋਈ ਯੋਗੀ ਯੋਗੀ ਨਹੀਂ ਬਣਾ ਸਕਿਆ ਆਪਣੇ ਵਰਗਾ ਕੰਨ ਪਾਟੇ ਵਾਲਾ। ਗੁਰੂ ਨਾਨਕ ਨੇ ਆਰਤੀ ਵੀ ਕੀਤੀ, ਆਰਤੀ ਵੀ ਕੀਤੀ ਅਸਲ ਸੱਚ ਦੀ ਆਰਤੀ, ਗਗਨਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਾਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ। ਕੋਈ ਪਾਂਡਾ ਉਹਨਾਂ ਦੇ ਜਨੇਊ ਨਹੀਂ ਪਵਾ ਸਕਿਆ, ਅਤੇ ਸਾਧ ਸੰਗਤ ਕੋਈ ਕਾਜੀ ਮੌਲਵੀ ਉਹਨਾਂ ਨੂੰ ਇਹ ਨਹੀਂ ਕਹਾ ਸਕਿਆ ਕਿ ਲਓ ਭਾਈ ਮੈਂ ਹੁਣ ਮੁਸਲਮਾਨ ਹੋ ਗਿਆ, ਲਾ ਇਲਾਹ ਇਲਾ ਬਾਕੀ ਸਾਰੇ ਕਾਫਰ ਨੇ ਨਾ। ਉਹ ਤਾਂ ਕਹਿੰਦੇ ਸੀ ਆਦੇਸ਼ ਤਿਸ ਹੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਮੈਂ ਤਾਂ ਕੇਵਲ ਉਸ ਪਰਮਾਤਮਾ ਨੂੰ ਮੰਨਦਾ, ਉਸ ਨੂੰ ਆਦੇਸ਼ ਕਰਦਾ ਜੋਗੀਓ ਜਿਹੜਾ ਸਾਰਿਆਂ 'ਚ ਵਿਆਪਕ ਹੈ, ਜਿਹੜਾ ਰੰਗਾਂ ਰੂਪਾਂ ਰੇਖਾਂ ਭੇਖਾਂ ਤੋਂ ਉੱਪਰੇ ਹੈ, ਜਿਹੜਾ ਮੁਸਲਮਾਨ ਨੂੰ ਜੰਨਤ 'ਚ ਬਿਠਾ ਕੇ ਕਿਸੇ ਹਿੰਦੂ ਨੂੰ ਦੋਜਖ 'ਚ ਨਹੀਂ ਸੁੱਟਦਾ, ਜਿਹੜਾ ਕਿਸੇ ਹਿੰਦੂ ਨੂੰ ਸਵਰਗ 'ਚ ਬਿਠਾ ਕੇ ਬਾਕੀ ਸਾਰਿਆਂ ਨੂੰ ਨਰਕਾਂ 'ਚ ਨਹੀਂ ਸੁੱਟਣ ਦੀ ਆਸ ਮਨਸ਼ਾ ਰੱਖਦਾ, ਮੈਂ ਉਸ ਰੱਬ ਨੂੰ ਮੰਨਦਾ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਔਰ ਸਾਰੇ ਜਿਸਦੇ ਹੈ। ਨਾ ਮੈਂ ਕਿਸੇ ਮੰਦਰ ਦੀ ਮੁਖਾਲਫਤ ਕਰਦਾ, ਨਾ ਕਿਸੇ ਮਸਜਿਦ ਦੀ ਹਮਾਇਤ ਕਰਦਾ, ਨਾ ਕਿਸੇ ਮਸਜਿਦ ਨੂੰ ਢਾਹ ਕੇ ਇਹ ਕਹਿਣਾ ਚਾਹੁੰਦਾ ਕਿ ਮੱਕੇ ਦਾ ਨਾਮ ਰਾਮਗੜ੍ਹ ਰੱਖ ਦਿਉ, ਅਤੇ ਨਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਰਾਮ ਦੀ ਜਨਮ ਭੂਮੀ ਆ ਉਹਦਾ ਨਾਮ ਬਾਬਰੀ ਮਸਜਿਦ ਰੱਖ ਦਿਉ, ਇਹ ਵੀ ਨਹੀਂ ਹੈ ਮੇਰੀ ਸੋਚ। ਜਿਹੜੇ ਜਿਹੜੇ ਸਥਾਨ ਜਿਸ ਮਹਾਤਮਾ ਦੇ ਨਾਲ ਜਿੱਥੇ ਕੋਈ ਜਿਸ ਤਰੀਕੇ ਦੀ ਪੂਜਾ ਕਰਦਾ ਅਤੇ ਕਰੀ ਜਾਣ ਦਿਓ, ਕਰਨ ਦਿਉ। ਪਰ ਗੱਲ ਇਹ ਆ ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਗ ਉਪਜਿਆ, ਇੱਕ ਤੋਂ ਪੈਦਾ ਹੋਏ ਹਾਂ ਅਤੇ ਇੱਕ ਨਾਲ ਜੁੜ ਰਹੇ, ਬਸ ਗੱਲ ਤਾਂ ਆ ਹੈ, ਉਲਝੇ ਪਏ ਹਾਂ ਅਸੀਂ ਥਾਂ ਥਾਂ 'ਤੇ। ਇਉਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਰੇ ਅਵਰ ਨਾਹੀ ਮੈਂ ਥਾਉ, ਮੈਨੂੰ ਕੋਈ ਹੋਰ ਥਾਂ ਹੈ ਨਹੀਂ, ਟਿਕਾਣਾ ਹੈ ਨਹੀਂ, ਜਿੱਥੇ ਮੈਂ ਜਾਵਾਂ ਜਾਂ ਹੋਰ ਮੈਨੂੰ ਦਿਖਦਾ ਹੀ ਨਹੀਂ ਕੋਈ ਦੂਜਾ। ਮੈਂ ਧਨ ਨਾਮ ਨਿਧਾਨ ਹੈ, ਮੇਰੇ ਕੋਲ ਧਨ ਅਤੇ ਨਾਮ ਦਾ ਧਨ ਹੈ, ਦੁਨਿਆਵੀ ਧਨ ਕੋਲ। ਭਾਈ ਮਰਦਾਨੇ ਨੂੰ ਫੜ ਲਿਆ, ਆਖਣ ਲੱਗਾ ਸੱਜਣ ਲਿਆ ਜੋ ਤੇਰੇ ਕੋਲ ਹੈ ਕੱਢ ਦੇ। ਉਹ ਕਹਿਣ ਲੱਗਾ ਕੀ ਹੈ ਮੇਰੇ ਕੋਲ? ਕਹਿੰਦਾ ਜਿਹੜਾ ਧਨ ਤੇਰੇ ਕੋਲ ਹੈ ਲਿਆ ਖੀਸਿਆਂ 'ਚੋਂ ਕੱਢ ਵਾਰ। ਭਾਈ ਮਰਦਾਨੇ ਨੇ ਖੀਸੇ 'ਚ ਹੱਥ ਪਾਇਆ, ਖੀਸੇ ਬਾਹਰ ਕੱਢਤੇ, ਕਹਿੰਦਾ ਲੈ ਮੇਰੇ ਖੀਸਿਆਂ ਖੁਸਿਆਂ 'ਚ ਕੁਛ ਨਹੀਂ। ਕਹਿੰਦਾ ਨਹੀਂ, ਤੇਰਾ ਮੱਥਾ ਦੱਸਦਾ, ਤੇਰਾ ਚਿਹਰਾ ਦੱਸਦਾ, ਤੇਰੇ ਬੋਲ ਦੱਸਦੇ ਹੈ, ਤੇਰਾ ਇੱਕ ਔਰਾ ਹੈ, ਹਰ ਕਿਸੇ ਦਾ ਇੱਕ ਔਰਾ ਹੁੰਦਾ, ਜਿਸ ਤਰ੍ਹਾਂ ਦੀ ਉਹਦੀ ਸੁਰਤ ਹੁੰਦੀ, ਜੋ ਕੁਝ ਉਹਦੇ ਅੰਦਰ ਹੁੰਦਾ। ਕਈ ਸਿਆਣੇ ਬੰਦੇ ਹੁੰਦੇ ਜਿਹੜੇ ਸਮਝ ਜਾਂਦੇ, ਅੱਜ ਕੱਲ੍ਹ ਤਾਂ ਵਿੱਦਿਆ ਇੱਦਾਂ ਦੀ ਹੈ, ਅੱਜ ਕੱਲ੍ਹ ਜਿਹੜੇ ਸਾਈਕੋਲੋਜਿਸਟ ਜੀ ਨੂੰ ਕਹਿ ਦਿੰਦੇ ਆ, ਉਹ
अंबेसियां वाले जां इदां दे बहुत इंटैरो करन वाले जिन्हें भी है ना बाहरले मुल्कां दे विच रखे होंदे उह इदां दे आ कि बंदे नूं मानसिक तौर ते इदां कमाउंदे आ, गल्लां बातां नाल बंदे नूं पढ़दे आ समझदे आ। इस तरह की विद्या भी आ कि बंदा तुरदा है तो चेक करो कि परेशानी च काली च है, बंदा चेहरा देख के दसो दुखी है परेशान है खुश है। फोटो भेजिया जाए कहा जाता दसो ये फोटो के बच्चे की है। इतने चंडीगढ़ में भी बहुत सारे टेस्ट होंगे, मेरे को एक सिंह आता हों संथ्या बाणी पढ़ता सी, अजक तो बहर चला गया, वह लैफ्टीनेंट का सी पेपर तो वो कहना जी सानू जिन्हें 100 दे 100 जने 100 नू एक फोटो भेजी भी दसो ये की है। फोटो एक है 100 जने नू भेजी, 100 जने दे वक्खो वक्खरे व्यू ने देखण दा तरीका है, किस नज़रिए तो की देख रहा है, फिर उन्हूं जज किया जाता भी की है, किस तरह दीआं पढ़ाईआं ने। इसलिए हर किसी दे कोल एक वक्खरा ताना है, वक्खरी गल है। तो वह बंदा सज्जन सी जिहड़ा ठग सी, ना सज्जन रखाया सी, उहदा बंदे दा चलाक सी चतर सी, ठगी मारनी कहड़ा सौखी हुंदी, ठग दी बहुत मेहनत हुंदी, चोर तो भी वड्डा हुंदा ठग। चोर हुंदा जदों तुसीं सुत्ते हो तुहाडा ध्यान नहीं, तुहाडी कोई चीज़ चुक ली उहने, चोर है। ठग हुंदा तुहाडा ध्यान है पर तुहाडे तो तुहाडी चीज़ तुहाडी जेब चों तुहाडे हथ नाल चीज़ लै जांदा, आप तुसीं दिंदे हो कि लै वी हुण तां बाबा बण गई गल, हुण ते आके खड़ी 6 महीनों बाद जैगुआर रेंज रोवर कड़ियां वालियां गड्डियां दियां तुहानूं दिखाउंदे मशहूरियां, क्या साडी कंपनी नाल जुड़ जाओ, मोदी केयर नाल जुड़ जाओ, हरबा लाइफ नाल जुड़ जाओ, आ पता नहीं किहड़ियां किहड़ियां नाल जुड़ जाओ। कई बंदे मिलते हैं सानू, हुण मैं बड़ा इस चीज़ का ध्यान रखदा, मेल जोल बहुत घटाया होया। पहला हुंदा सी भी बड़े जग्यासू आउंदे आ, चलो गल कर लईए, हुण अगले नूं पुछीदा भी कम दस पहलां की है तैनूं, क्यों। कई बार तो मैं ऐसा बुरा फसिया बंदियां कोल, बंदे आ गए पग वाले, मैं गुरसिख जान के उन्हों का सत्कार किया, घरें बिठा ले भी चलो आ जाओ बह जाओ, तो उस बाद उन्होंने अपनिया कंपनिया दी मशहूरियां शुरू कर लिया कि आह कंपनी है जी, इहदी आ दवाई खाओ, इहदा आ खाओ, मेरे ते असर नहीं हुंदा। कई बार एक बार तो मेरे कोल घरों माता आए हुए, वह भी कोल बैठे, उन्हें इदां दीआं गल्लां कीतीआं, मैनूं माता ने आख्या तां दवाई लै लै, तां बड़ी वधिया, मेरे भी गोडे गाडे दर्द करदे। तो मैं क्या, माता जी मैनूं पता इन्हां दीआं दवाइयां दा, पर उह जणी जदों ने देखिया भी इह इन्हां दी है इस चीज़ विच लैण विच, उह ते कागज़ कूगज़ जे कहिंदा जी बस मैंबर बणो ते तुसीं इदां करो ते इन्ने पैसे आउणगे इदां आउणगे, फिर माता समझ गई तां ठगी वाला बंदा है, पैसे पूसे वालीआं गल्लां करदा। भी इदा के बंदे भी है कि तुम वेख के हूँ की अंदाजा लाओगे कि पग वाला। साडा एक सिंह सी संथ्या करता सी बड़ी वधिया, उधर पातणा तो सी पटियाले जिले च, बड़ा वधिया सी, मेरे को आउंदा सी बाणी पढ़ता सी। बस एक इहजे व्यापारी दे धक्के चढ़ गए एक बार, मुड़ के थोड़े जे दिनों बाद मेरे नाल कंपनी जी वालियां गल्लां लग पिया करन। मैं कहा भी तेनों भी लाता टीका उन्होंने, छड खैड़ा हुण तो, उहनूं फिर छड्डना पिया। इं इदा दे बंदे है कि वो बंदे कह लो कि ठग लेंदे है, तो बथेरे बंदे ठगते वो, फिर बाद च पता लगता जी कंपनी भज गई जी, दिवालिया हो गया जी, ये परलज कंपनी है जी, ये फलाना जी, ये जी सरकार ने बेचती जी, वह करता जी, वाह करता जी, किन्ने ठग है तुरे फिरते है, पैर पैर तो ठगते है, तुहाडी जेब चों कढ़ाउंदे आ, तुसीं आप दिंदे हो खुशी नाल, वह ठगी है। तुहानू फोन आउंदे आ 25 लाख की लाटरी लग गई, फिर तुहानू कहिंदे आ तुसीं इउं करो आधार कार्ड की फोटो भेज दो, इउं कर दो 16,000 रुपया 17,000 रुपया भेज दो सानू, फिर तुहानू पेमेंट पावांगे। ठगी करदे आ ना, पर तुसीं पाउंदे तां आप हो ना, आप अपने हथ फड़ाउंदे हो, आप वटाउंदे हो। ये ठग दा काम चोर नालों भी वध हुंदा है, उहने तुहाडे दिमाग नाल खेलना हुंदा। सज्जन भी ठग सी और तजर्बेकार एडा सी, चेहरे तो उन्हें लग्या भी बंदे कोल कुछ है जरूर है, कहिंदा भी दे जो कुछ है तेरे कोल, कहिंदा भी मेरे कोल तां कुछ नहीं। वह कहिंदा भी कोई धनता है तेरे कोल मित्रा, तू लुको रहा है, तेरा चेहरा दसदा पिया, तेरा मत्था दसदा पिया कि तू धनी है बंदा, दस किहड़ा धन है, किहड़ा धन सी पता है,
आ सुन लो बाबे नानक कोल कहिंदे मैं तन नाम निधान है मेरे कोल ते जे निधान खजाना है ते नाम दा खजाना है धरती च दब दो तन तनी बंदा पैसे वाला बंदा मायाधारी बंदा धरती च भी गट दे तन मत्थे तो पता लग जाता है तन धरनी धर दबी आ मस्तक परवाना है बंदे दा गुण बंदे दा टैलेंट बंदे दे नाल भावें बोर्ड ते ना भी लिखा होवे नंबर नेम प्लेट ते ना भी लिखा होवे उहदियां गल्लां बातां तो तुसीं अंदाजा ला लैंदे हो कि की है इहदे कोल। इउं महाराज कहिंदे गुरमुखो गुरसिखां कोल नाम दा खजाना हुंदा है। गुरदिया बल जाओ मैनू दत्ता किने आ गुरु ने दत्ता है कहिंदे गुरु नानक देव जी महाराज कहिंदे गुरु परमेश्वर ने दत्ता है ते मैं बलिहारे जावां अपने गुरु तों सानू भी दत्ता ते होया वाहिगुरु पर असी उहनू वरत्या नहीं असी उस खजाने नू वधाया नहीं। इउं ऐ वधदा जांदा है जदों एक बार कहा वाहिगुरु वाहिगुरु कहो सारे वाहिगुरु वाहिगुरु वाहेगुरु बोलो वाहेगुरु 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 वध गया ना किन्ने गुणा वध गया है। इनू जिन्ना खर्चोंगे खावो खर्चो रल मिल भाई टूट ना आवे वध दो जाइए वधी जाएगा। महाराज कहिंदे मैनू मेरे गुरु ने दिता तो खजाना मेरे को बहुत वध गया महाराज ने दिता तो मैं अपने गुरु तो बलिहारे जाता हाँ। रखाओ विश्राम दे के समझा रहे हैं गुरमत पत सावास तिस तिसकै संग मिलाओ कहिंदे जिहदे कोल गुरमत है गुरु की मत है गुरमत पत उहदी पत इज्जत है भाई असल इज्जत उही है जिहड़ी गुरमत दे राही बनाई जाए। बंदे रख के खुशामदीद करन वाले नौकर रख के अपनियां उस्तुतियां करवाउण वाली कोई पत नहीं है। असल ते गुरु दी नज़र च जो इज्जत है उही इज्जत है शाबाश तिस गुरु नानक देव जी कहिंदे ओह तो शाबाश है भाई बलिहारे जांदे हाँ। तिस कै संग मिलाओ हे वाहिगुरु ऐसे गुरमुखां दी संगत सानू बख्शियो जिन्हां दी पत गुरमत दे राही है। तिस बिन घड़ी ना जीवऊं बिन नावै मर जाओ वो तो बिना नाम तो बिना मैं एक घड़ी भी नहीं जी सकता नाम तो बिना तो मर ही जाना हुंदा है। मैं अंधले नाम ना विसरै मैं अन्ना हाँ वाहिगुरु तेरा नाम मैनू ना भुले टेक टिकी कर जाओ जिवें अन्ने दे कोल एक लकड़ी हुंदी है एक टोणी हुंदी है एक खूंडी हुंदी है उहदे आसरे कित्थे टोआ है कित्थे गिला है कित्थे पत्थर है कित्थे पदरा है उहनू ला के टटोलदा होया घर पहुँच जाता है। इदां ही वाहिगुरू मैंने कोल तेरे नाम मैं अंधले की टेक तेरा नाम खुंदकारा तेरे नाम दी टेक आसरा है हे मेरे वाहिगुरू मैनू मेरी टेक तेरे ते टिकी हुई है तेरा नाम दे आसरे ही मैं अपने घर जानी निजी घर हिरदे विच वासा कर सकदा हाँ। पर दूजे पासे गुरु जिन्ना का अंधला चेले नाहीं ठाओ पर जिहड़े अन्ने गुरुआं दे चेले बन गए गुरु भी अन्ने है जिन्हां कोल वैराग विवेक रूपी नेत्र नहीं पखंडी है धोखेबाज है ठग है सड़ियां गलियां मूलियां सब्जियां नूं प्रसाद कह के वेचण वाले है बाद च पता लगता है संत सिरसे दियां पंगतियां दे गलत अर्थ करन वाला हुण इह सिरसे वाला नहीं रह गया हुण इह सुनारी हा जेल च रहिंदा इहे जे ठगां दे पिछे लगण वाले चेलियां दा की होएगा। आ सुण लो कहिंदे गुरु जिन्हां का अंधला चेले नाहीं ठाओ ਉਹ ਚੇਲਿਆਂ ਨੂੰ ਵੀ ਕੋਈ ਥਾਂ ਨਹੀਂ ਲੱਭਦੀ ਟਿਕਾਣਾ ਨਹੀਂ ਲੱਭਦਾ ਬਿਨ ਸਤਿਗੁਰ ਨਾ ਉਹ ਨਾ ਪਾਈਐ ਬਿਨ ਨਾ ਵੈ ਕਿਆ ਸੁਆਓ ਨਾਮ ਬਿਨਾਂ ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਣਾ ਸੱਚੇ ਗੁਰੂ ਤੋਂ ਬਿਨਾਂ ਨਾਮ ਤਾਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਦੇ ਗਏ ਅੱਜ ਵੀ ਪੰਜ ਪਿਆਰਿਆਂ ਦੇ ਵਿੱਚ ਦੀ ਹੋ ਕੇ ਗੁਰੂ ਗੋਬਿੰਦ ਸਿੰਘ ਨਾਮ ਦਿੰਦੇ ਹੈ।
ਤੁਸੀਂ ਲੈਣ ਵਾਲੇ ਬਣੋ। ਕਹਿੰਦੇ ਬਿਨ ਸਤਿਗੁਰ ਨਾਉ ਨਾ ਪਾਈਆ, ਬਿਨ ਨਾਵੈ ਕਿਆ ਸੁਆਓ, ਨਾਮ ਤੋਂ ਬਿਨਾਂ ਕੀ ਸਵਰ ਜਾਣਾ ਤੁਹਾਡਾ, ਕੋਈ ਲਾਭ ਨਹੀਂ, ਕੋਈ ਸਵਾਰਥ ਸਿੱਧ ਨਹੀਂ ਹੋਣਾ, ਕੁਛ ਵੀ ਹੱਲ ਨਹੀਂ ਹੋਣਾ। ਆਏ ਗਿਆ ਪਛਤਾਵਣਾ ਜਿਉਂ ਸੁਣੀਐ ਕਰ ਕਾਉ, ਨਾਮ ਤੋਂ ਬਿਨਾਂ ਤਾਂ ਪਛਤਾਵਾ ਹੀ ਹੈ। ਜਿਵੇਂ ਸੁੰਨੇ ਘਰ ਵਿੱਚ ਕਾਂ ਆਉਂਦਾ, ਉਹਨੂੰ ਉੱਥੇ ਕੁਛ ਨਹੀਂ ਮਿਲਦਾ। ਹੱਸਦੇ ਵੱਸਦੇ ਰਸਤੇ ਘਰਾਂ ਵਿੱਚ ਆਉਂਦਾ, ਉੱਥੇ ਕੁਝ ਬੱਚੇ ਘੁੰਮਦੇ ਆ, ਕੁਝ ਰੋਟੀ ਟੁੱਕ ਮਿਲ ਜਾਂਦਾ, ਉਹਨੂੰ ਕੁਝ ਲੈ ਕੇ ਜਾਂਦਾ, ਪਰ ਸੁੰਨੇ ਘਰਾਂ 'ਚੋਂ ਕਾਂ ਵੀ ਖਾਲੀ ਚਲੇ ਜਾਂਦੇ। ਇਉਂ ਹੀ ਜਿਸ ਬੰਦੇ ਨੇ ਭਾਈ ਨਾਮ ਤੋਂ ਬਿਨਾਂ ਜੀਵਨ ਬਤੀਤ ਕੀਤਾ, ਉਹ ਆਇਆ ਗਿਆ ਚਲਾ ਗਿਆ, ਪਰ ਖਾਲੀ ਗਿਆ, ਜਾਣੀ ਕੁਝ ਵੀ ਲਾਭ ਨਹੀਂ ਹੋਇਆ। ਸਤਿਗੁਰ ਨਾਉ, ਅੱਗੇ ਕੀ ਕਹਿੰਦੇ ਹਨ, ਬਿਨ ਨਾਵੈ ਦੁੱਖ ਦੇਹੁਰੀ, ਨਾਮ ਤੋਂ ਬਿਨਾਂ ਤਾਂ ਦੇਹਰੀ ਨਹੀਂ, ਸਰੀਰ ਨੂੰ ਦੁੱਖ ਹੀ ਦੁੱਖ ਨੇ, ਅੰਦਰਲੀ ਦੇ ਮਨ ਨੂੰ ਦੁੱਖ ਹੀ ਦੁੱਖ ਹੈ, ਨਾਮ ਤੋਂ ਬਿਨਾਂ ਦੁਖੀ ਹੈ। ਜਿਉਂ ਕੱਲਰ ਕੀ ਭੀਤ, ਜਿਵੇਂ ਕੱਲਰ ਦੀ ਕੰਧ ਹੁੰਦੀ ਨਾ ਜੀ, ਕੱਲਰੀ ਧਰਤੀ 'ਚ ਉਹ ਬਸ ਡਿੱਗ ਜਾਂਦੀ ਆਖਰ, ਉਹ ਥੋੜ੍ਹੀ 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 ਝਰਦੀ 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 ਡਿੱਗ ਜਾਂਦੀ ਆ। ਤਬ ਲੱਗ ਮਹਿਲ ਨਾ ਪਾਈਆ, ਜਬ ਲੱਗ ਸਾਚ ਨਾ ਚੀਤ, ਉਹਨਾਂ ਸਮਾਂ ਟਿਕਾਣਾ ਨਹੀਂ ਲੱਭਣਾ ਗੁਰਮੁਖੋ, ਜਿੰਨਾ ਸਮਾਂ ਸੱਚਿਆਂ ਪਰਮਾਤਮਾ ਦਾ ਨਾਮ ਚਿੱਤ 'ਚ ਨਾ ਹੋਏਗਾ। ਸ਼ਬਦ ਰੱਪੈ ਘਰ ਪਾਈਐ ਨਿਰਵਾਣੀ ਪਦਨੀਤ, ਕਹਿੰਦੇ ਸ਼ਬਦ ਨਾਲ ਰੰਗੀਏ ਤਾਂ ਆਪਣੇ ਨਿੱਜੀ ਘਰ ਨੂੰ ਪਰਮਾਤਮਾ ਦੇ ਘਰ ਨੂੰ ਪਾਇਆ ਜਾ ਸਕਦਾ, ਅਤੇ ਨਿਰਵਾਣ ਪਦ ਮੁਕਤੀ ਦਾ ਪਦ, ਜਨਮ ਮਰਨ ਤੋਂ 84 ਦੇ ਚੱਕਰ ਤੋਂ ਬਚਾਉਣ ਵਾਲੀ ਪਦਵੀ ਮਹਾਰਾਜ ਕਹਿੰਦੇ ਨਾਮ ਵਿੱਚ ਰੰਗਿਆਂ ਹੀ ਮਿਲ ਸਕਦੀ ਹੈ, ਅਤੇ ਸ਼ਬਦ ਦੇ ਆਸਰੇ ਹੀ ਆਪਾਂ ਬਚ ਸਕਦੇ ਹਾਂ। ਸ਼ਬਦ ਰੱਪੈ ਘਰ ਪਾਈਐ, ਸ਼ਬਦ ਨਾਲ ਰੰਗਿਆਂ, ਗੁਰਬਾਣੀ ਨਾਲ ਰੰਗਿਆਂ ਨਿੱਜੀ ਘਰ ਦੀ ਪ੍ਰਾਪਤੀ ਹੁੰਦੀ, ਅਤੇ ਨਿਰਵਾਣ ਪਦ ਮੁਕਤੀ ਦਾ ਪਦ ਪ੍ਰਾਪਤ ਹੁੰਦਾ ਹੈ, ਜਿਹਦੇ ਰਾਹੀਂ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇੱਥੇ ਹੀ ਇਸ ਅਸ਼ਟਪਦੀ ਦੇ 4 ਬੰਦ ਆਪਾਂ ਕੀਤੇ ਹਨ, ਅਤੇ ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ, ਜਿੰਨੀਆਂ ਸੰਗਤਾਂ ਆਈਆਂ ਸਭਨਾਂ ਨੂੰ ਗੁਰੂ ਦਰਬਾਰ ਵਿਖੇ ਪਹੁੰਚਣ ਉੱਤੇ ਜੀਓ ਆਇਆਂ ਨੂੰ ਆਖਿਆ ਜਾਂਦਾ ਹੈ। ਗੁਰੂ ਸਾਹਿਬ ਆਪ ਸਭ ਦੀ ਯਾਤਰਾ ਸਫਲ ਕਰਨ, ਹਾਜ਼ਰੀਆਂ ਪ੍ਰਵਾਨ ਕਰਨ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।